ਮਰਨਾ ਕਬੂਲ ਲੈ ਜਿਉਣ ਦੀਆਂ ਛੱਡ ਦੇ ਆਸਾਂ ਮਰਨਾ ਕਬੂਲ ਲੈ ਜਿਉਣ ਦੀਆਂ ਛੱਡ ਦੇ ਆਸਾਂ ਪਹਿਲੇ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ ਸਤਿਗੁਰੂ ਜੋਗੋ ਜੁਗ ਅਟਲ ਤਖ਼ਤ ਚਬਰ ਛਤਰ ਜੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਸਾਰੀ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਾਡੇ ਤੋਂ ਪਹਿਲਾਂ ਗੁਰਮੁਖ ਪਿਆਰੇ ਜਥੇ ਦੀ ਰਸਨਾ ਤੋਂ
ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਅਰਜਨ ਸਾਹਿਬ ਦੀ ਪ੍ਰਥਾਏ ਅਤੇ ਮਹਾਂਪੁਰਖਾਂ ਦੀ ਮਹਿਮਾ ਸਰਵਣ ਕੀਤੀ ਹੈ। ਗੁਰਬਾਣੀ ਦਾ ਵਚਨ ਹੈ, ਸਾਧ ਕੀ ਮਹਿਮਾ ਬੇਦ ਨਾ ਜਨ ਹੈ, ਜੇਤਾ ਸੁਣੈ ਤੇਤਾ ਵਖਿਆਨੈ, ਸਾਧ ਕੀ ਉਪਮਾ ਤਹਿ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਜਿਹੜੀ ਮਹਿਮਾ ਇਹ ਤਿੰਨ ਗੁਣਾਂ ਤੋਂ ਉੱਪਰ ਹੈ, ਰਜੋ ਸਤੋ ਤਮੋ ਤੋਂ, ਕਿਉਂਕਿ ਜਿਹੜਾ ਪੂਰਾ ਸਾਧੂ ਹੈ ਉਹ ਤੁਰੀਆ ਅਵਸਥਾ ਦਾ ਮਾਲਕ ਹੈ। ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। ਸੰਸਾਰ ਤਿੰਨ ਗੁਣਾਂ ਦੇ ਵਿੱਚ ਹੈ, ਰਜੋ ਗੁਣ ਸਤੋ ਗੁਣ ਤਮੋ ਗੁਣ, ਪਰ ਜਿਹੜਾ ਮਹਾਤਮਾ ਹੈ ਉਹ ਤਿੰਨੇ ਗੁਣਾਂ ਤੋਂ ਉੱਪਰ ਉੱਠ ਗਿਆ। ਇਸ ਤਰ੍ਹਾਂ ਦੀ ਅਵਸਥਾ ਮਹਾਂਪੁਰਖ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੀ। ਉਹ ਤੁਰੀਆ ਪਦ ਦੇ ਮਾਲਕ ਸੀਗੇ, ਜੀਵਨ ਮੁਕਤ ਅਵਸਥਾ ਸੀ ਉਹਨਾਂ ਦੀ। ਉਹਨਾਂ ਨੂੰ ਉਹ ਸਮੇਂ ਦੇ ਸਾਧ ਸੰਗਤ ਲੀਡਰ ਜਿਹੜੇ ਸੀ ਸਮਝ ਨਹੀਂ ਸਕੇ, ਉਹ ਉਹਨਾਂ ਨੂੰ ਇੱਕ ਆਮ ਹੀ ਮੰਨਦੇ ਰਹੇ ਆਪਣੇ ਵਰਗਾ। ਜੇ ਉਹਨਾਂ ਨੂੰ ਸਮਝ ਲੈਂਦੇ ਤਾਂ ਅੱਜ ਇਤਿਹਾਸ ਕੁਝ ਹੋਰ ਹੁੰਦਾ। ਜੇ ਚਰਨੀ ਪੈ ਜਾਂਦੇ ਨਾ ਤਾਂ ਉਹ ਸਮੇਂ ਦੇ ਅਕਾਲੀ ਸਮਝ ਸਕੇ, ਨਾ ਕਾਂਗਰਸ ਵਾਲੇ ਸਮਝ ਸਕੇ। ਉਹਨਾਂ ਦੀ ਪਰਖ ਨਹੀਂ ਕੀਤੀ ਵੀ ਇਹ ਤਾਂ ਵਧੇ ਮੁਕਤ ਮਹਾਂਪੁਰਖ ਹਨ, ਇਹ ਤਾਂ ਸੱਤਵੀਂ ਭੂਮਿਕਾ ਦੇ ਮਾਲਕ ਨੇ। ਉਹਨਾਂ ਦਾ ਜੀਵਨ ਜਿਹੜਾ ਕੱਲ੍ਹ 2 ਜੂਨ ਦਾ ਦਿਨ ਲੰਘ ਕੇ ਗਿਆ, 2 ਜੂਨ ਵਾਲੇ ਦਿਨ ਉਹਨਾਂ ਦਾ ਜਨਮ ਹੋਇਆ ਤੇ 6 ਜੂਨ ਨੂੰ ਸ਼ਹੀਦੀ ਹੋਈ ਹੈ। 1947 2 ਜੂਨ ਦਾ ਜਨਮ ਹੈ, 1984 ਦੇ ਵਿੱਚ 6 ਜੂਨ ਨੂੰ ਸ਼ਹਾਦਤ ਹੋਈ ਹੈ। 37 ਸਾਲ ਤੇ 4 ਮਹੀਨੇ ਦੀ ਉਮਰ ਹੋਈ ਹੈ ਮਹਾਂਪੁਰਖਾਂ ਦੀ। ਕੱਲ੍ਹ ਉਹਨਾਂ ਦਾ ਜਨਮ ਦਿਹਾੜਾ ਸੀ 2 ਜੂਨ ਦਾ, ਕਿਉਂਕਿ ਉਹਨਾਂ ਦਾ ਜਿਹੜਾ ਸਰਟੀਫਿਕੇਟ ਹੈ ਸਕੂਲ ਦਾ ਉਹਦੇ ਤੇ 2 ਜੂਨ ਸਾਧ ਸੰਗਤ ਕਲੀਅਰ ਕੀਤਾ ਹੈ। ਪਰਿਵਾਰ ਦੇ ਮੈਂਬਰਾਂ ਨੇ 6 ਜੂਨ ਦਾ ਉਹਨਾਂ ਦਾ ਸ਼ਹਾਦਤ ਦਾ ਦਿਨ ਹੈ। ਇਹੋ ਜਿਹੜੇ ਮਹਾਂਪੁਰਖ ਹੋਇਆ ਕਰਦੇ ਨੇ, ਸੂਰਮੇ ਸੂਰਬੀਰ ਬਚਨ ਕੇ ਬਲੀ। ਅੱਜ ਦੇ ਸਮੇਂ ਆਪਾਂ ਕਿੰਨੀਆਂ ਅਰਦਾਸਾਂ ਕਰਦੇ ਹਾਂ, ਅੱਜ ਦੇ ਸਮੇਂ ਕਿੰਨੇ ਲੋਕ ਮੋਰਚੇ ਲਾਉਂਦੇ ਆ, ਕਿੰਨੇ ਧਰਨੇ ਲਾਉਂਦੇ ਨੇ, ਅਰਦਾਸਾਂ ਕਰ ਲੈਂਦੇ ਆ ਅਸੀਂ ਸ਼ਹਾਦਤ ਦੇਵਾਂਗੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਸਰਕਾਰ ਨੇ, ਪਰ ਕੋਈ ਨਹੀਂ ਮਰਦਾ। ਪੈਸੇ ਇਕੱਠੇ ਕੀਤੇ, ਮੋਰਚਾ ਚੁੱਕਣ ਵੇਲੇ ਨਾਲਦਿਆਂ ਨੂੰ ਨਹੀਂ ਪੁੱਛਦੇ। ਮਹਾਂਪੁਰਖਾਂ ਨੇ ਜੋ ਕਿਹਾ ਕੀਤਾ ਕਿ ਇਸ ਵਾਰੀ ਜਾਂ ਤਾਂ ਸਰਕਾਰ ਮੰਗਾਂ ਮੰਨੇਗੀ
ਤੇ ਜਾਂ ਫਿਰ ਇੱਥੇ ਖੂਨ ਡੁੱਲੇਗਾ। ਸੱਚਮੁੱਚ ਜੋ ਕਿਹਾ ਉਹ ਹੋਇਆ। ਮਹਾਂਪੁਰਖਾਂ ਦਾ ਜੋ ਪਿਛੋਕੜ ਹੈ, ਬਚਪਨ ਤੋਂ ਉਹਨਾਂ ਦੀ ਭਗਤੀ ਬੜੀ ਸੀ, ਟਕਸਾਲ ਦੇ ਵਿੱਚ ਸ਼ਾਮਿਲ ਹੋਏ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਮਹਾਂਪੁਰਖ ਉਹਨਾਂ ਨੂੰ ਟਕਸਾਲ 'ਚ ਆਪ ਲੈ ਕੇ ਆਏ, ਬਾਰਵੇਂ ਮੁਖੀ ਦਮਦਮੀ ਟਕਸਾਲ ਦੇ। ਤੇ ਬਚਪਨ ਦੇ ਵਿੱਚ ਜਦੋਂ ਅੰਮ੍ਰਿਤ ਪਾਨ ਕੀਤਾ, ਪਹਿਲਾਂ ਪੰਜ ਬਾਣੀਆਂ ਦੀ ਸੰਥਿਆ ਕੀਤੀ, ਸਵੇਰੇ ਪੰਜ ਬਾਣੀਆਂ ਲੱਗ ਗਏ ਪੜ੍ਹਨ, ਸ਼ਾਮ ਨੂੰ ਰਹਿਰਾਸ ਕਰਨ ਲੱਗ ਗਏ, ਪੈਣ ਵੇਲੇ ਕੀਰਤਨ ਸੋਹਲੇ ਦਾ ਜਾਪ, ਇਹ ਸੱਤ ਬਾਣੀਆਂ, ਸੱਤ ਬਾਣੀਆਂ ਦੇ ਵਿੱਚ ਪਰਪੱਕ ਹੋ ਗਏ। ਉਸ ਤੋਂ ਬਾਅਦ ਪੰਜ ਪਾਠ ਜਪ ਜੀ ਦੇ ਸ਼ੁਰੂ ਕਰਤੇ। ਹੌਲੀ ਹੌਲੀ ਨਿਤਨੇਮ ਹੈ ਜਿਹੜਾ, ਇੱਕਦਮ ਨਹੀਂ ਵਧਾਉਣਾ ਚਾਹੀਦਾ, ਹੌਲੀ ਹੌਲੀ ਨਿਤਨੇਮ ਵਧਾਉਣਾ ਚਾਹੀਦਾ। ਜਦੋਂ ਪੱਕ ਗਏ ਪੰਜ ਪਾਠ, ਫਿਰ ਪੰਜ ਤੋਂ ਦਸ ਲੱਗ ਗਏ ਕਰਨ, ਦਸ ਤੋਂ ਵੀਹ ਲੱਗ ਗਏ ਕਰਨ। ਹੌਲੀ ਹੌਲੀ ਵੱਡੇ ਮਹਾਂਪੁਰਖਾਂ ਨੂੰ ਕਹਿਣ ਲੱਗੇ, ਮੇਰਾ ਮਨ ਕਰਦਾ, ਮੈਨੂੰ ਰਸ ਆਉਂਦਾ, ਮੈਂ ਪੰਜ ਗ੍ਰੰਥੀ ਵੀ ਨਾਲ ਪੜ੍ਹਨ ਲੱਗ ਜਾਵਾਂ, ਤੁਸੀਂ ਅਰਦਾਸ ਕਰੋ। ਤਾਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਨੇ ਅਰਦਾਸ ਕੀਤੀ ਕਿ ਹੇ ਗੁਰੂ ਮਹਾਰਾਜ, ਭਾਈ ਜਰਨੈਲ ਸਿੰਘ ਰੋਡਿਆਂ ਵਾਲੇ ਦੀ ਝੋਲੀ ਪੰਜ ਗ੍ਰੰਥੀ ਦੀ ਦਾਤ ਵੀ ਪਾ ਦਿਓ। ਫਿਰ ਪੰਜ ਗ੍ਰੰਥੀ ਦਾ ਨਿਤਨੇਮ ਵੀ ਸ਼ੁਰੂ ਕਰ ਲਿਆ। ਫਿਰ ਹੋਰ ਰਸ ਵੱਧ ਗਿਆ, ਰੰਗ ਲਾਗਤ 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 ਹੈ, ਇਹ ਰਸ ਐਸਾ ਹੈ ਜਿਹਨੂੰ ਇਹ ਰਸ ਆ ਜਾਵੇ ਉਸੇ ਨੂੰ ਇਹ ਪਤਾ ਕਿ ਨਾਮ ਦਾ ਰਸ ਕੀ ਹੁੰਦਾ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਫਿਰ ਸਾਧ ਸੰਗਤ ਜੀ ਪੰਜ ਗ੍ਰੰਥੀ ਲੱਗ ਗਏ ਪੜ੍ਹਨ, ਫਿਰ ਸਹਿਜ ਪਾਠ ਵੀ। ਤਕਰੀਬਨ ਆਪਣੀ ਜ਼ਿੰਦਗੀ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਨੇ 1000 ਦੇ ਨੇੜੇ ਤੇੜੇ ਸਹਿਜ ਪਾਠ ਕੀਤਾ, 1000 ਸਹਿਜ ਪਾਠ। ਇਹਨਾਂ ਨਿਤਨੇਮ 51 ਪੰਨੇ ਰੋਜ਼ਾਨਾ ਕਰਨੇ, ਜਿਹੜਾ 51 ਪੰਨੇ ਰੋਜ਼ਾਨਾ ਕਰਦਾ ਇੱਕ ਮਹੀਨੇ ਦੇ ਵਿੱਚ ਭੋਗ ਪਾ ਜਾਂਦਾ।
ਥੋੜੇ ਜੇ ਸਿੰਘ ਸੀ, ਦੂਸਰੇ ਪਾਸੇ ਤਿੰਨ ਦੇਸ਼ ਲੱਗੇ ਹੋਏ ਸੀ, ਇੰਡੀਆ ਰੂਸ ਲੱਗਿਆ ਹੋਇਆ ਸੀ, ਇੰਗਲੈਂਡ ਵੀ ਮਦਦ ਕਰ ਰਿਹਾ ਸੀ। ਤਿੰਨ ਦੇਸ਼ਾਂ ਦੀ ਗੋਡੀ ਲਵਾ ਦਿੱਤੀ ਮੁੱਠੀ ਭਰ ਸਿੰਘਾਂ ਨੇ, ਚਮਕੌਰ ਦੀ ਗੜੀ ਦੀ ਯਾਦ ਤਾਜ਼ਾ ਕਰਵਾ ਦਿੱਤੀ, ਚਮਕੌਰ ਦੀ ਗੜੀ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜਿਹੜਾ ਸ਼ੇਰ ਹੁੰਦਾ ਇਕੱਲਾ ਸ਼ੇਰ ਵਾਧੂ ਹੁੰਦਾ ਭੇਡਾਂ ਦੇ ਬੱਗ ਵਾਸਤੇ, ਉਹ ਜਿੰਨੀਆਂ ਭੇਡਾਂ ਦਿੱਲੀ ਤੋਂ ਚੜ੍ਹ ਕੇ ਆਈਆਂ ਨਾ, ਉਹ ਇਕੱਲੇ ਸ਼ੇਰ ਨਹੀਂ ਢਾਲੀਆਂ ਸਾਰੀਆਂ। ਸਰੀਰ ਤਾਂ ਚਲੋ ਚਲੀ ਦਾ ਮੇਲਾ ਹੈ, ਕਿਸੇ ਦਾ ਵੀ ਨਹੀਂ ਰਹਿਣਾ, ਪਰ ਇਸ ਲੜਾਈ ਦੇ ਵਿੱਚ ਜਿਹੜੀ ਜਿੱਤ ਹੋਈ ਹੈ ਉਹ ਮਹਾਂਪੁਰਖਾਂ ਦੀ ਜਿੱਤ ਹੋਈ ਹੈ। ਕਿਉਂਕਿ ਇੱਕ ਪਾਸੇ ਥੋੜੇ ਜਿਹੇ ਹਥਿਆਰ, ਦੂਸਰੇ ਪਾਸੇ ਟੈਂਕਾਂ ਤੇ ਤੋਪ, ਕੀ ਮੁਕਾਬਲਾ ਸੀ। ਜਿਹੜੇ ਨਾਲ ਦੇ ਸਿੰਘ ਸੀ ਉਹ ਵੀ ਬਹੁਤ ਬਾਣੀ ਦਾ ਪਾਠ ਕਰਨ ਵਾਲੇ ਸੀ, ਕਿਉਂਕਿ ਜੇ ਕੱਚੇ ਹੁੰਦੇ ਉੱਥੋਂ ਭਗੌੜੇ ਹੋ ਜਾਂਦੇ। ਗੁਰਬਾਣੀ ਦਾ ਜਾਪ ਕਰੇ ਬਿਨਾਂ ਅੰਦਰੋਂ ਡਰ ਖਤਮ ਨਹੀਂ ਹੁੰਦਾ। ਭਾਈ ਦਲਵੀਰ ਸਿੰਘ ਅਭਿਆਸੀ ਵਰਗੇ 100-100 ਜਪਜੀ ਦਾ ਪਾਠ ਕਰਨ ਵਾਲੇ ਇਹ ਇਹੋ ਜਿਹੇ ਸਿੰਘ ਸੀਗੇ ਜਿਨ੍ਹਾਂ ਨੇ ਤਿੰਨ ਦੇਸ਼ਾਂ ਦੀ ਫੌਜ ਦਾ ਮੂੰਹ ਮੋੜਿਆ। ਉਹ ਆਪਣੇ ਵਰਗੇ ਨਹੀਂ ਸੀ ਨਿਰੇ ਪੁਰੇ ਗੱਲਾਂ ਕਰਨ ਵਾਲੇ, ਉਹ ਇਹੋ ਜਿਹੇ ਸਿੰਘ ਸੀਗੇ ਜਿਹੜੇ ਚੰਮ ਤੋਂ ਸਰੀਰ ਤੋਂ ਉੱਪਰ ਉੱਠੇ ਹੋਏ ਸੀਗੇ ਸਿਮਰਨ ਕਰਕੇ। ਅਭਿਆਸੀ ਨਾਮ ਦੇ ਰਸੀਏ ਸਿੰਘ ਸੀ, ਮਹਾਂਪੁਰਖਾਂ ਦੀ ਸੰਗਤ ਦਾ ਰੰਗ ਇੱਦਾਂ ਦਾ ਚੜ੍ਹ ਗਿਆ ਸੀ, ਜੈਸੀ ਸੰਗਤ ਵੈਸੀ ਰੰਗਤ। ਉਹਨਾਂ ਦਾ ਪ੍ਰਭਾਵ ਐਸਾ ਸੀਗਾ ਜਿਹੜਾ ਉਹਨਾਂ ਦੇ ਚਿਹਰੇ ਦੇ ਦਰਸ਼ਨ ਕਰ ਲੈਂਦਾ ਉਹਨਾਂ ਦੀ ਹੋ ਜਾਇਆ ਕਰਦਾ ਸੀ। ਇਹੋ ਜਿਹਾ ਸਿਮਰਨ, ਐਡਾ ਪ੍ਰਤਾਪ, ਐਸਾ ਪ੍ਰਤਾਪ ਸੀਗਾ ਉਹਨਾਂ ਦਾ। ਆਓ, ਗੁਰਬਾਣੀ ਕਹਿੰਦੀ ਹੈ ਇਹ ਨਿਸ਼ਾਨੀ ਸਾਧ ਕੀ ਜਿੱਤ ਭੇੜਤ ਤਰੀਐ, ਜਮ ਕੰਕਰ ਨੇੜ ਨਾ ਆਵੀ ਫਿਰ ਬਹੁੜ ਨਾ ਮਰੀਐ। ਵੱਡੇ ਵੱਡੇ ਪੱਤਰਕਾਰ ਜਿਹੜਾ ਵੀ ਉਹਨਾਂ ਨੂੰ ਸਵਾਲ ਕਰਦਾ ਹਾਜ਼ਰ ਜਵਾਬ ਬੜੇ ਸੀ। ਇੱਕ ਛਿਣ ਦੇ ਵਿੱਚ ਬੋਲਣ ਵਾਲੇ ਨੂੰ ਚੁੱਪ ਕਰਾ ਦਿਆ ਕਰਦੇ ਸੀ। ਇੱਕ ਬਹੁਤ ਵੱਡਾ ਵਕੀਲ ਹਿੰਦੁਸਤਾਨ ਦਾ ਜੇਠ ਮਲਾਨੀ ਗਿਆ ਸੰਤਾਂ ਦੇ ਕੋਲੇ, ਕਹਿੰਦਾ ਤੁਸੀਂ ਹਥਿਆਰ ਰੱਖੇ ਨੇ, ਹਥਿਆਰਾਂ ਦੇ ਨਾਲ ਕਲੇਸ਼ ਵੱਧਦਾ ਹੈ, ਆ ਸ਼ਾਂਤੀ ਫੈਲਦੀ ਹੈ। ਸੰਤ ਕਹਿੰਦੇ ਤੁਸੀਂ ਸੋਚ ਲਓ, ਤੁਸੀਂ ਇਹ ਕੀ ਪ੍ਰਸ਼ਨ ਕਰ ਰਹੇ ਹੋ, ਤੁਹਾਡਾ ਪ੍ਰਸ਼ਨ ਗਲਤ ਹੈ। ਕਹਿੰਦੇ ਗਲਤ ਕਿਵੇਂ ਆ, ਹਥਿਆਰਾਂ ਨਾਲ ਸ਼ਾਂਤੀ ਰਹਿੰਦੀ ਨਹੀਂ, ਭੰਗ ਹੁੰਦੀ ਆ ਸ਼ਾਂਤੀ। ਤੇ ਮਹਾਂਪੁਰਖ ਕਹਿੰਦੇ ਫਿਰ ਜਿਹੜੀਆਂ ਬਾਰਡਰਾਂ ਤੇ ਫੌਜਾਂ ਲਾਈਆਂ ਨੇ ਹਟਾ ਲਓ, ਚੰਗੀ ਤਰ੍ਹਾਂ ਸ਼ਾਂਤੀ ਹੋ ਜੂਗੀ। ਆ ਬਾਰਡਰਾਂ ਤੇ ਕਿਉਂ ਫੌਜਾਂ ਲਾਈਆਂ ਨੇ, ਵਾਹਗਾ ਬਾਰਡਰ ਹੋ ਗਿਆ, ਰਾਜਸਥਾਨ 'ਚ ਬਾਰਡਰ ਨੇ, ਕਿੰਨੇ ਬਾਰਡਰਾਂ ਤੇ ਫੌਜਾਂ ਕਿਉਂ? ਉਹਨੂੰ ਜਵਾਬ ਨਹੀਂ ਆਇਆ। ਫਿਰ ਉਹ ਰਾਮ ਜਿਹੜਾ ਜੇਠ ਮਲਾਨੀ ਵਕੀਲ ਸੀ ਉਹ ਕਹਿ ਕੇ ਉੱਠਿਆ ਇਹ ਗੱਲ ਕਿ ਭਿੰਡਰਾਂ ਵਾਲਿਆਂ ਨੂੰ ਜਿੱਤਣਾ ਬਹੁਤ ਔਖਾ ਹੈ। ਇਹ ਸਾਰੀ ਕਮਾਈ ਸੀ ਸਿਮਰਨ ਕਰਨ ਦੇ ਨਾਲ, ਦਿਮਾਗ ਤੇਜ਼ ਹੁੰਦਾ, ਨਾਮ ਦੀਆਂ ਬਰਕਤਾਂ ਨੇ, ਬੰਦਗੀ ਦੀਆਂ ਬਰਕਤਾਂ ਨੇ। ਸਰ ਸੰਗਤ ਜੀ, ਬੰਦਗੀ ਦੀਆਂ, ਹੁਣ ਆਪਾਂ ਬੰਦਗੀ ਨਹੀਂ ਕਰਦੇ, ਉਹਨਾਂ ਕੱਲਿਆਂ ਨੇ ਦੁਨੀਆ ਹਿਲਾ ਦਿੱਤੀ। 10-10 ਹਜ਼ਾਰ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਇੱਕ ਦਿਨ ਦੇ ਵਿੱਚ ਦੀ। ਹੁਣ ਕਿੰਨੇ ਪ੍ਰਚਾਰਕ ਨੇ, ਕਿਉਂਕਿ ਆਪਣਾ ਜੀਵਨ ਨਹੀਂ, ਇਸ ਕਰਕੇ ਤਾਂ ਕੋਈ ਕਿਸੇ ਦਾ ਅਸਰ ਨਹੀਂ ਪੈ ਰਿਹਾ। ਉਹਨਾਂ ਕੱਲਿਆਂ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ ਸੀ, ਕਿਉਂਕਿ ਉਹਨਾਂ ਦੇ ਪਿੱਛੇ
22 ਘੰਟੇ ਦਾ ਉਹਨਾਂ ਦੀ ਸਾਧਨਾ, ਉਹਨਾਂ ਦਾ ਅਭਿਆਸ, ਨਾਮ ਦਾ ਅਭਿਆਸ ਪਿੱਛੇ ਸੀ ਉਹਨਾਂ ਦੇ। ਨਾਮ ਦਾ ਅਭਿਆਸ ਬੜਾ ਜ਼ਰੂਰੀ ਹੈ, ਇਹ ਉਹਨਾਂ ਦਾ ਜੀਵਨ ਹੈ। ਆਓ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਿਨ੍ਹਾਂ ਦਾ 7 ਜੂਨ ਨੂੰ ਸ਼ਹੀਦੀ ਦਿਹਾੜਾ ਆ ਰਿਹਾ, ਆਪਾਂ ਬਾਬਾ ਜਰਨੈਲ ਸਿੰਘ ਖਾਲਸਾ ਅਤੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਅੱਜ ਦਾ ਦੀਵਾਨ ਰੱਖਿਆ। ਗਰਮੀ ਬੜੀ ਹੈ, 50 ਦੇ ਨੇੜੇ ਟੈਂਪਰੇਚਰ ਹੈ, 50 ਡਿਗਰੀ ਦੇ, ਪਰ ਫੇਰ ਵੀ ਸੰਗਤਾਂ ਦੂਰੋਂ ਦੂਰੋਂ ਆਈਆਂ ਨੇ। ਕਈ ਹੋਣੇ ਜਿਹੜੇ ਗਰਮੀ ਤੋਂ ਡਰਦੇ ਨਹੀਂ ਆਏ, ਕਿਉਂਕਿ ਗਰਮੀ ਜ਼ਿਆਦਾ ਪੈ ਰਹੀ ਹੈ। ਧੰਨ ਮਹਾਂਪੁਰਖ, ਕਿੰਨੀ ਗਰਮੀ ਸੀ ਜਦੋਂ ਗੋਲਾਬਾਰੀ ਹੁੰਦੀ ਹੈ, ਉਦੋਂ ਕਿੰਨੀ ਗਰਮੈਸ਼ ਵੱਧਦੀ ਹੈ, ਕਿੰਨੀ ਗਰਮੀ 'ਚ ਰਹੇ, ਕਿਵੇਂ ਲੜੇ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਇੰਨੀ ਗਰਮੀ 'ਚ ਕਿਵੇਂ ਤੱਤੀ ਤਵੀ 'ਤੇ ਬੈਠੇ। ਆਪਾਂ ਧੁੱਪ 'ਚ ਨਹੀਂ ਸਾਧ ਸੰਗਤ ਖੜ ਸਕਦੇ, ਤੱਤੇ ਫਰਸ਼ 'ਤੇ ਨਹੀਂ ਬਹਿ ਸਕਦੇ। ਧੰਨ ਗੁਰੂ ਅਰਜਨ ਦੇਵ, ਕਿਉਂਕਿ ਆਪਾਂ ਇੱਕ ਆਮ ਹਾਂ, ਸਧਾਰਨ ਮਨੁੱਖ ਹਾਂ। ਉਹ ਗੁਰੂ ਸੀਗੇ, ਗੁਰੂ ਉਹ ਮਹਾਂਪੁਰਖ ਸੀਗੇ। ਮਹਾਂਪੁਰਖ ਤੇ ਗੁਰੂ ਬਹੁਤ ਉੱਪਰ ਹੁੰਦੇ ਨੇ ਆਮ ਸਧਾਰਨ ਲੋਕਾਂ ਨੂੰ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਅਵਤਾਰ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਹੋਇਆ। ਗੁਰੂ ਰਾਮਦਾਸ ਮਹਾਰਾਜ ਦੇ 3 ਬੱਚੇ ਸੀਗੇ, ਵੱਡੇ ਪਿਰਥੀ ਚੰਦ, ਛੋਟੇ ਮਹਾਂਦੇਵ, ਸਾਰਿਆਂ ਤੋਂ ਛੋਟੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ। ਗੋਇੰਦਵਾਲ ਵਿਖੇ ਜਨਮ ਹੋਇਆ ਗੁਰੂ ਅਰਜਨ ਦੇਵ ਜੀ ਦਾ, ਤਾਂ ਛੋਟੀ ਜੀ ਉਮਰ ਹੈ। ਗੁਰੂ ਮਹਾਰਾਜ ਦੇ ਨਾਨਾ ਗੁਰੂ ਅਮਰਦਾਸ ਜੀ ਮੰਜੇ ਤੇ ਬੈਠੇ ਹੈ, ਨੇਤਰ ਬੰਦ ਕੀਤੇ ਹੈ। ਗੁਰੂ ਅਰਜਨ ਸਾਹਿਬ ਐ ਰੁੜ ਰਹੇ ਨੇ, ਰੁੜਦੇ ਰੁੜਦੇ ਨਾ ਆਪਣੇ ਨਾਨਾ ਗੁਰੂ ਜੀ ਜਿਹੜੇ ਮੰਜੇ ਤੇ ਬੈਠੇ ਸੀ ਉਹਦੀ ਬਾਹੀ ਫੜ ਕੇ ਖੜੇ ਹੋ ਗਏ, ਮੰਜੀ ਹਿਲਾ ਦਿੱਤੀ। ਗੁਰੂ ਅਮਰਦਾਸ ਮਹਾਰਾਜ ਨੇ ਨੇਤਰ ਖੋਲੇ ਤੇ ਬਚਨ ਕੀਤਾ, ਕੌਣ ਪ੍ਰਗਟਿਓ ਪੁਰਖ ਅਵਤਾਰੀ, ਜਿਨ ਮੰਜੀ ਹਿਲਾਈ ਸਾਰੀ। ਕੌਣ ਐਸਾ ਬਲੀ ਪ੍ਰਗਟ ਹੋਇਆ ਜਿਹਨੇ ਸਾਡੀ ਮੰਜੀ ਹਿਲਾ ਦਿੱਤੀ ਹੈ। ਜਦੋਂ ਦੇਖਿਆ ਸਾਡਾ ਦੋਤਰਾ ਹੈ, ਮਾਤਾ ਭਾਨੀ ਜੀ ਆਏ, ਕਹਿਣ ਲੱਗੀ ਪਿਤਾ ਜੀ ਮਾਫ ਕਰਨਾ, ਮੈਂ ਅੰਦਰ ਰਸੋਈ ਵਿੱਚ ਚਲੀ ਗਈ ਸੀ, ਮੈਂ ਬੱਚੇ ਨੂੰ ਸਾਂਭ ਨਹੀਂ ਸਕੀ, ਤੁਹਾਡੀ ਭਗਤੀ 'ਚ ਵਿਘਨ ਪਾਇਆ। ਤੇ ਫਿਰ ਮਹਾਰਾਜ ਹੱਸ ਪਏ, ਕਹਿਣ ਲੱਗੇ ਤੇਰਾ ਪੁੱਤਰ ਭਾਰੀ ਗੁਰੂ ਹੋਵੇਗਾ ਭਾਨੀਏ, ਇਹ ਡੋਲੇਗਾ ਨਹੀਂ। ਫਿਰ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਬੱਚਿਆ ਤੂੰ ਆ ਗੱਦੀ ਤੇ ਮੰਜੇ ਤੇ ਚੜ੍ਹਨ ਦੀ ਕਾਹਲ ਕਰਦੈ, ਪਰ ਇਹ ਗੁਰਗੱਦੀ ਤੇਰੇ ਪਿਤਾ ਤੋਂ ਤੈਨੂੰ ਮਿਲੇਗੀ। ਇਹ ਵਚਨ ਕਰ ਦਿੱਤਾ। ਬੀਬੀ ਭਾਨੀ ਜੀ ਬੜੇ ਖੁਸ਼ ਹੋਏ ਕਿ ਮੇਰਾ ਪਤੀ ਵੀ ਗੁਰੂ ਹੋਊਗਾ ਤੇ ਪੁੱਤਰ ਵੀ। ਇਸਤਰੀ ਵਾਸਤੇ ਪਤੀ ਤੇ ਪੁੱਤਰ ਦੀ ਚੜ੍ਹਦੀ ਕਲਾ ਤੋਂ ਵੱਧ ਹੋਰ ਖੁਸ਼ੀ ਵਾਲੀ ਕਿਹੜੀ ਗੱਲ ਹੋ ਸਕਦੀ। ਇਹ ਵਰ ਦਿੱਤਾ, ਤੀਜਾ ਵਰ ਦਿੱਤਾ, ਦੋਤਾ ਬਾਣੀ ਕਾ ਬੋਹੇ ਥਾ, ਸਾਡਾ ਦੋਤਾ ਜਿਹੜਾ ਹੈ ਇਹ ਬਾਣੀ ਦਾ ਜਹਾਜ਼ ਹੋਵੇਗਾ। ਸੱਚਮੁੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਗੁਰੂ ਅਰਜਨ ਸਾਹਿਬ ਨੇ ਕੀਤੀ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਤੋਂ ਵੱਧ ਬਾਣੀ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਵੇਗਾ, ਇਹ ਗੁਰੂ ਗ੍ਰੰਥ ਸਾਹਿਬ ਜਹਾਜ਼ ਦੀ ਨਿਆਈ ਹਨ,
ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਨਾਮ ਰੂਪੀ ਚਰਨ ਪਕੜ ਲਵੇਗਾ, ਨਾਮ ਰੂਪੀ ਪੱਲਾ ਫੜ ਲਵੇਗਾ, ਉਹ ਸੰਸਾਰ ਰੂਪੀ ਭਵ ਸਾਗਰ ਚੋਂ ਪਾਰ ਹੋ ਜਾਊਗਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਨਾਮ ਰੂਪੀ ਪੱਲਾ ਫੜ ਲਊਗਾ। ਗੁਰੂ ਗ੍ਰੰਥ ਸਾਹਿਬ ਜਹਾਜ਼ ਦੀ ਨਿਆਈ ਹਨ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਆਓ ਦੋ ਹਿੱਸਿਆਂ ਚ ਗੱਜ ਵੱਜ ਕੇ ਪੜ੍ਹ ਲਿਓ। ਉਹ ਜਿਹੜੇ ਚੜ ਗਏ ਨੇ ਨਾਮ ਵਾਲੇ ਬੇੜੇ ਜੀ, ਕੋਈ ਉਹ ਬੰਦੇ ਪਾਰ ਹੋਣਗੇ। ਉਹ ਚੜ ਗਏ ਨੇ ਨਾਮ ਵਾਲੇ ਬੇੜੇ, ਕੋਈ ਉਹ ਬੰਦੇ ਪਾਰ ਹੋਣਗੇ। ਸਤਨਾਮ ਕੋ ਸਿਮਰਨ ਕਰਨ, ਤਨ ਹੰਤਾ ਕੋ ਹਿਰਦੈ ਵਸਰਨੋ, ਮੁਕਤੀ ਕੇ ਸਾਧਨ ਏ ਤੀਨ, ਕਹੇ ਗੁਰੂ ਅਰ ਸੰਤ ਪ੍ਰਵੀਨ। ਤੇਰਾ ਦੋਤਾ ਸਾਡਾ ਦੋਤਾ ਬਾਣੀ ਦਾ ਜਹਾਜ਼ ਹੋਊਗਾ। ਗੁਰੂ ਅਮਰਦਾਸ ਜੋਤੀ ਜੋਤ ਸਮਾ ਗਏ, ਆਪਣੇ ਦਮਾਦ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੂੰ ਪਰਖ ਕੇ, ਪਹਿਲਾਂ ਪਰਖਿਆ ਗੁਰੂ ਸਾਹਿਬਾਨਾਂ ਨੇ, ਜਿੱਥੇ ਗੁਰੂ ਅੰਤਰਜਾਮੀ ਹੈ ਉੱਥੇ ਗੁਰੂ ਮਰਿਆਦਾ ਪੁਰਸ਼ੋਤਮ ਵੀ ਹੈ। ਦਸ ਜਾਮਿਆਂ ਚ ਗੁਰਤਾ ਗੱਦੀ ਦਿੱਤੀ, ਪਰਖ ਕੇ ਦਿੱਤੀ ਹੈ। ਗੁਰੂ ਅਮਰਦਾਸ ਨੇ ਆਪਣੇ ਦੋਏ ਜਵਾਈਆਂ ਨੂੰ ਪਰਖਿਆ, ਆਪਣੇ ਪੁੱਤਰਾਂ ਨੂੰ ਪਰਖਿਆ, ਪਰਖ ਦੇ ਵਿੱਚ ਪੂਰੇ ਉੱਤਰੇ ਗੁਰੂ ਰਾਮਦਾਸ। ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰੂ ਤਾਂ ਗੱਦੀ ਮਿਲੀ ਹੈ, ਜਿਹੜੀ ਸੋਢੀਆਂ ਦੇ ਕੋਲੇ ਗੁਰਗੱਦੀ ਆਈ ਹੈ ਉਹ ਚੌਥੇ ਜਾਮੇ ਚ ਆਈ ਹੈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ, ਸਤਿਗੁਰੂ ਕਹਾਵੈ। ਚੌਥੇ ਜਾਮੇ ਚ ਗੁਰੂ ਤਾਂ ਗੱਦੀ ਆਈ ਹੈ ਸੋਢੀਆਂ ਦੇ ਕੋਲੇ, ਪਹਿਲੇ ਜਾਮੇ ਚ ਬੇਦੀਆਂ ਦੇ ਕੋਲੇ, ਦੂਜੇ ਜਾਮੇ ਚ ਤ੍ਰੇਹਣ ਗੋਤ ਵਿੱਚੋਂ ਗੁਰੂ ਅੰਗਦ ਸਾਹਿਬ, ਤੀਸਰੇ ਭੱਲਿਆਂ ਦੇ ਵਿੱਚੋਂ ਗੁਰੂ ਅਮਰਦਾਸ, ਚੌਥੇ ਜਾਮੇ ਚ ਸੋਢੀਆਂ ਦੇ ਕੋਲੇ ਆਈ, ਫੇਰ ਦਸਵੇਂ ਜਾਮੇ ਤੱਕ ਸੋਢੀਆਂ ਦੇ ਕੋਲੇ ਗੁਰਗੱਦੀ ਰਹੀ। ਇਹ ਸਾਰੀ ਜਿਹੜੀ ਨਾ ਚੌਥੇ ਪਾਤਸ਼ਾਹ ਦੀ ਔਲਾਦ ਕੋਲ ਹੀ ਗੁਰੂ ਤਾਂ ਗੱਦੀ ਰਹੀ ਹੈ ਦਸਵੇਂ ਜਾਮੇ ਤੱਕ, ਕਿਉਂਕਿ ਚੌਥੇ ਪਾਤਸ਼ਾਹ ਦੇ ਸਪੁੱਤਰ ਗੁਰੂ ਅਰਜਨ ਸਾਹਿਬ ਹੋਏ, ਗੁਰੂ ਅਰਜਨ ਸਾਹਿਬ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਗੁਰੂ ਹਰ ਰਾਏ ਸਾਹਿਬ, ਗੁਰੂ ਹਰ ਰਾਏ ਸਾਹਿਬ ਦੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ,
ਤੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ, ਚੌਥੇ ਪਾਤਸ਼ਾਹ ਮਾਤਾ ਭਾਨੀ ਜੀ ਅਤੇ ਗੁਰੂ ਰਾਮਦਾਸ ਮਹਾਰਾਜ ਦੇ ਪਰਿਵਾਰ ਵਿੱਚ ਹੀ ਫਿਰ ਗੁਰੂ ਤਾਂ ਗੱਦੀ ਚੱਲੀ ਹੈ ਤੇ ਕੁਰਬਾਨੀਆਂ ਬੜੀਆਂ ਵੱਡੀਆਂ ਕੀਤੀਆਂ ਨੇ ਮਾਤਾ ਭਾਨੀ ਜੀ ਦੀ ਅੰਸ਼ ਵੰਸ਼ ਨੇ। ਗੁਰੂ ਰਾਮਦਾਸ ਪਾਤਸ਼ਾਹ ਦੇ ਪਰਿਵਾਰ ਦੀਆਂ ਅੱਗੇ ਕੁਰਬਾਨੀਆਂ ਬਹੁਤ ਵੱਡੀਆਂ ਨੇ। ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲੇ ਚਲੇ ਗਏ ਜਦੋਂ ਗੁਰੂ ਅਮਰਦਾਸ ਸੱਚਖੰਡ ਚਲੇ ਗਏ, ਜੋਤੀ ਜੋਤ ਸਮਾ ਗਏ, 11.5 ਸਾਲ ਦੀ ਉਮਰ ਤੱਕ ਗੁਰੂ ਅਰਜਨ ਸਾਹਿਬ ਗੋਇੰਦਵਾਲ ਰਹੇ ਆ ਬਚਪਨ ਦੇ। ਸੰਨ 1563 ਦਾ ਅਵਤਾਰ ਹੈ, 1606 ਵਿੱਚ ਸ਼ਹੀਦੀ ਹੋਈ ਹੈ, 42 ਕੁ ਸਾਲਾਂ ਦੀ ਉਮਰ ਹੋਈ ਹੈ ਗੁਰੂ ਸਾਹਿਬ ਦੀ, 42 ਕੁ ਸਾਲ ਦੀ, ਪੰਜਵੇਂ ਪਾਤਸ਼ਾਹ ਦੀ। ਪੰਜਵੇਂ ਪਾਤਸ਼ਾਹ ਦੀ ਸ਼ਾਦੀ ਮਾਤਾ ਗੰਗਾ ਨਾਲ ਹੋਈ। ਮਾਤਾ ਗੰਗਾ ਦੇ ਪੇਟੋਂ ਬਾਬਾ ਬੁੱਢਾ ਜੀ ਦੇ ਵਰ ਦੁਆਰਾ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ ਜਾਕੋ ਵਲਗੁਣ ਵਲ ਗੁਣ ਕਿਨੂੰ ਨਾ ਹੋਗਾ, 6ਵੇਂ ਪਾਤਸ਼ਾਹ ਦਾ ਅਵਤਾਰ ਸੰਨ 1595 ਦੇ ਵਿੱਚ ਹੋਇਆ। ਗੁਰੂ ਰਾਮਦਾਸ ਪਾਤਸ਼ਾਹ ਨੇ ਪਰਖਿਆ, ਪਰਖ ਕੇ ਗੁਰੂ ਤਾਂ ਗੱਦੀ ਦਿੱਤੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ। ਗੁਰੂ ਅਰਜਨ ਦੇ ਮਹਾਰਾਜ ਨੂੰ ਗੁਰੂ ਤਾਂ ਗੱਦੀ ਦੇਣ ਤੋਂ ਬਾਅਦ ਗੁਰੂ ਰਾਮਦਾਸ ਜੋਤੀ ਜੋਤ ਸਮਾ ਗਏ। ਪਿਰਥੀ ਚੰਦ ਪਹਿਲੀ ਈਰਖਾ ਕਰਦਾ ਸੀ ਮਹਾਰਾਜ ਦਾ ਵੱਡਾ ਭਰਾ ਗੁਰੂ ਅਰਜਨ ਸਾਹਿਬ ਦਾ, ਹੁਣ ਹੋਰ ਈਰਖਾ ਲੱਗ ਗਿਆ ਕਰਨ। ਉਹਦੇ ਘਰ ਵਾਲੀ ਵੀ ਇਸ ਤਰ੍ਹਾਂ ਦੀ ਸੀ ਸਾਧ ਸੰਗਤ, ਯੁੱਗ ਨੂੰ ਯੁੱਗ ਮਿਲਿਆ ਹੋਇਆ ਸੀ, ਦੋਵੇਂ ਪਤੀ ਪਤਨੀ ਈਰਖਾ ਕਰਦੇ ਸੀ ਗੁਰੂ ਅਰਜਨ ਸਾਹਿਬ ਦੇ ਨਾਲ ਕਿ ਗੁਰਗੱਦੀ ਸਾਨੂੰ ਮਿਲਣੀ ਚਾਹੀਦੀ ਹੈ, ਅਸੀਂ ਵੱਡੇ ਹਾਂ, ਇਹ ਗੁਰਗੱਦੀ ਜ਼ਰੂਰੀ ਨਹੀਂ ਵੀ ਜਿਹੜਾ ਵੱਡਾ ਉਹਨੂੰ ਮਿਲੂ, ਇਹ ਤਾਂ ਜਿਹੜਾ ਯੋਗ ਹੈ ਸਾਧ ਸੰਗਤ ਉਸੇ ਨੂੰ ਮਿਲੂਗੀ। ਗੁਰੂ ਤਾਂ ਗੱਦੀ ਦਾ ਭਾਰ ਚੁੱਕਣ ਦੇ ਯੋਗ ਨਹੀਂ ਸੀ ਪਿਰਥੀ ਚੰਦ, ਇਸ ਕਰਕੇ ਉਹਨੂੰ ਗੁਰਗੱਦੀ ਨਹੀਂ ਮਿਲੀ, ਉਹ ਯੋਗ ਨਹੀਂ ਸੀ। ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਕੀ ਕਾਰਨ ਨੇ, ਵੱਡਾ ਕਾਰਨ ਕਿਹੜਾ ਹੈ, ਆਓ ਵਿਚਾਰ ਕਰਦੇ ਹਾਂ। ਪਿਰਥੀ ਚੰਦ ਈਰਖਾ ਬੜੀ ਕਰਦਾ ਹੈ, ਉਹਦੇ ਘਰ ਵਾਲੀ ਬੜੀ ਈਰਖਾ ਕਰਦੀ ਹੈ, ਗੁਰੂ ਅਰਜਨ ਸਾਹਿਬ ਦੇ ਘਰ ਔਲਾਦ ਨਹੀਂ ਅਜੇ ਹੋਈ, ਉਹਦੇ ਘਰ ਵਾਲੀ ਕਹਿੰਦੀ ਹੈ ਇਹਨਾਂ ਦੇ ਕਿਹੜਾ ਔਲਾਦ ਹੋਣੀ ਹੈ, ਔਤਰੇ ਜਾਣਗੇ, ਇਹਨਾਂ ਦਾ ਸਾਰਾ ਕੁਝ ਆਪਣਾ ਸਪੁੱਤਰ ਮਿਹਰਬਾਨ ਸੰਭਾਲੇਗਾ। ਇਹ ਗੱਲ ਮਾਤਾ ਗੰਗਾ ਨੂੰ ਦੱਸੀ, ਗੋਲੀ ਨੇ ਮਾਤਾ ਗੰਗਾ ਜੀ ਦੇ ਨੇਤਰਾਂ ਚੋਂ ਜਲ ਆ ਗਿਆ। ਗੁਰੂ ਅਰਜਨ ਸਾਹਿਬ ਅੱਗੇ ਬੇਨਤੀ ਕੀਤੀ, ਆਪ ਜੀ ਸਮਰੱਥੋਂ ਸੰਗਤਾਂ ਨੂੰ ਮੁਕਤੀਆਂ ਜੁਗਤੀਆਂ ਬਖਸ਼ ਦਿਓ, ਮੈਨੂੰ ਵੀ ਪੁੱਤਰਾਂ ਵਾਲੀ ਬਣਾਓ, ਫਿਰ ਆਪਣੇ ਸਿੱਖ ਨੂੰ ਵਡਿਆਈ ਦੇਣੀ ਸੀ, ਆਪਣੇ ਸੰਤਾਂ ਨੂੰ ਵਡਿਆਈ ਦੇਣੀ ਸੀ। ਗੁਰੂ ਅਰਜਨ ਸਾਹਿਬ ਕਹਿੰਦੇ ਇਹ ਦਾਤ ਗੁਰੂ ਘਰ ਦੇ ਸੰਤਾਂ ਤੋਂ ਮਿਲਦੀ ਹੈ, ਜਾਓ ਬਾਬਾ ਬੁੱਢਾ ਜੀ ਤੋਂ ਆਸ਼ੀਰਵਾਦ ਲੈ ਕੇ ਆਓ। ਪਹਿਲੇ ਦਿਨ ਸ਼ਾਹੀ ਠਾਠ ਵਾਠ ਨਾਲ ਗਏ, ਬਾਬਾ ਜੀ ਨੇ ਕੋਈ ਵਰ ਨਾ ਦਿੱਤਾ। ਦੂਜੇ ਦਿਨ ਪੈਦਲ ਚੱਲ ਕੇ ਗਏ ਜਿੱਥੇ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਹੈ ਅੰਮ੍ਰਿਤਸਰ ਤੋਂ ਪਰੇ, ਮਿੱਸਾ ਪ੍ਰਸ਼ਾਦਾ ਗਠਾ ਆਦਿਕ ਲੈ ਕੇ ਗਏ। ਉੱਪਰ ਬਿਜਲੀ ਲਸ਼ਕੀ, ਅੱਸੂ ਦਾ ਮਹੀਨਾ ਸੀਗਾ, ਉਧਰੋਂ ਬਾਬਾ ਜੀ ਨੇ ਗੱਠਾ ਭੰਨਿਆ ਤੇ ਵਰ ਦਿੱਤਾ, ਤੇਰੇ ਘਰੇ ਐਸਾ ਸਪੁੱਤਰ ਹੋਊ ਜਿਵੇਂ ਗੰਢਾ ਭੰਨਿਆ ਮੈਂ,
ਇਉਂ ਜ਼ਾਲਮਾਂ ਦੇ ਸਿਰ ਭੰਨੇਗਾ। ਫਿਰ ਗੁਰੂ ਕੀ ਬਡਾਲੀ ਅੰਮ੍ਰਿਤਸਰ ਦੇ ਨੇੜੇ ਹੈ, ਕਿਉਂਕਿ ਪਿਰਥੀ ਚੰਦ ਈਰਖਾ ਬੜੀ ਕਰਦਾ ਸੀ। ਉੱਥੇ ਫਿਰ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋਇਆ। ਪਿਰਥੀ ਚੰਦ ਨੇ ਕਸਰ ਨਹੀਂ ਛੱਡੀ, ਕੋਈ ਕਸਰ ਨਹੀਂ ਛੱਡੀ ਕਿ ਮੈਂ ਆਪਣੇ ਭਤੀਜੇ ਨੂੰ ਖਤਮ ਕਰਵਾ ਦੇਵਾਂ। ਇੱਕ ਸੱਪ ਵਾਲੇ ਨੂੰ ਭੇਜਤਾ, ਤੂੰ ਸੱਪ ਛੱਡ ਦੇ। ਕਦੇ ਇੱਕ ਦਾਈ ਨੂੰ ਭੇਜ ਦਿੱਤਾ ਕਿ ਆਪਣੇ ਆਸਥਨਾਂ ਨੂੰ ਜ਼ਹਿਰ ਲਾ ਕੇ ਦੁੱਧ ਚੰਘਾ। ਜਿਵੇਂ ਪੂਤਨਾ ਆਈ ਸੀ ਕ੍ਰਿਸ਼ਨ ਜੀ ਨੂੰ ਦੁੱਧ ਚੰਘਾਉਣ, ਇਸ ਤਰ੍ਹਾਂ ਇਹ ਦਾਈ ਜਿਹੜੀ ਸੀ ਇਹ ਵੀ ਫਿਰ ਇਹਨੂੰ ਜ਼ਹਿਰ ਚੜ ਗਿਆ ਤੇ ਆਪ ਇਹ ਮਰ ਗਈ। ਜਿਹੜਾ ਸੱਪ ਛੱਡਿਆ ਸੀ ਗੁਰੂ ਛੇਵੇਂ ਪਾਤਸ਼ਾਹ ਵੱਲ, ਮਹਾਰਾਜ ਨੇ ਸੱਪ ਨੂੰ ਇਹ ਸਿਰ ਤੋਂ ਫੜ ਕੇ ਉਹਦੀ ਮਿੱਝ ਕੱਢ ਦਿੱਤੀ। ਇੱਕ ਰਸੋਈਏ ਨੂੰ ਕਹਿਤਾ, ਇਹ ਗੁਰਬਾਣੀ ਚ ਬਚਨ ਵੀ ਆਉਂਦੇ ਨੇ, ਬ੍ਰਾਹਮਣ ਨੂੰ ਕਹਿਤਾ ਤੂੰ ਜ਼ਹਿਰ ਮਿਲਾ ਦੇ, ਦਹੀਂ ਦੇ ਵਿੱਚ ਜ਼ਹਿਰ ਮਿਲਾ ਦੇ। ਉਹ ਜਦੋਂ ਬ੍ਰਾਹਮਣ ਨੇ ਦਹੀਂ ਚ ਜ਼ਹਿਰ ਮਿਲਾਇਆ, ਛੇਵੇਂ ਪਾਤਸ਼ਾਹ ਉੱਚੀ ਉੱਚੀ ਰੋਣ ਲੱਗ ਗਏ। ਬਚਪਨ ਦੀ ਅਵਸਥਾ ਹੈ, ਜਾਣੀ ਜਾਣ ਸੀ। ਮਾਤਾ ਜੀ ਆਏ, ਦੇਖਿਆ ਕਿਉਂ ਰੋਂਦੇ ਨੇ। ਜਦੋਂ ਖੀਰ ਜਿਹੜੀ ਸੀ ਨਾ, ਖੀਰ ਜ਼ਹਿਰ ਵਾਲੀ ਖੀਰ ਕੁੱਤੇ ਨੂੰ ਪਾਈ, ਕੁੱਤਾ ਮਰ ਗਿਆ। ਤੇ ਫਿਰ ਬ੍ਰਾਹਮਣ ਦੀ ਚੋਰੀ ਫੜੀ ਗਈ, ਉਹਨੇ ਦੱਸ ਦਿੱਤਾ ਮੈਨੂੰ ਤਾਂ ਪਿਰਥੀ ਚੰਦ ਨੇ ਭੇਜਿਆ। ਤੇ ਫਿਰ ਉਹ ਸੂਲ ਹੋ ਕੇ ਮਰਿਆ ਸੀ। ਦੁਸ਼ਟ ਬ੍ਰਾਹਮਣ ਹੋਏ ਕੇ ਸੂਲ, ਐਸਾ ਬਾਣੀ ਚ ਬਚਨ ਆਉਂਦਾ। ਕਹਿੰਦੇ ਬ੍ਰਾਹਮਣ ਦੁਸ਼ਟ ਸੂਲ ਹੋ ਕੇ ਮਰਿਆ, ਸਾਧ ਸੰਗਤ ਜੀ, ਜਿਹੜਾ ਛੇਵੇਂ ਪਾਤਸ਼ਾਹ ਨੂੰ ਮਾਰਨ। ਪਿਰਥੀ ਚੰਦ ਨੇ ਕੋਈ ਕਸਰ ਨਹੀਂ ਛੱਡੀ। ਫੇਰ ਜਦੋਂ ਗੁਰੂ ਕੀ ਬਡਾਲੀ ਤੋਂ ਆਏ ਮਹਾਰਾਜ ਅੰਮ੍ਰਿਤਸਰ, ਪਰਿਵਾਰ ਨੂੰ ਲੈ ਕੇ ਗੁਰੂ ਅਰਜਨ ਸਾਹਿਬ, ਬੜੀ ਈਰਖਾ ਕਰਦਾ ਪਿਰਥੀ ਚੰਦ, ਪਰ ਗੁਰੂ ਜੀ ਨਿਰਵੈਰ ਨੇ ਆਪਣੇ ਬੰਦੇ ਛੱਡ ਦਿੱਤੇ ਵੀ ਸੰਗਤਾਂ ਨੂੰ ਇੱਧਰ ਲੈ ਕੇ ਆਓ, ਉਹਨਾਂ ਵੱਲ ਨਾ ਕੋਈ ਜਾਵੇ। ਹਰਿਮੰਦਰ ਸਾਹਿਬ ਦੀ ਤਰ੍ਹਾਂ ਆਪਣੇ ਸਹੁਰਿਆਂ ਦੇ ਪਿੰਡ ਇੱਕ ਹਰਿਮੰਦਰ ਬਣਾ ਲਿਆ ਤੇ ਤਲਾਅ ਪੱਟ ਲਿਆ। ਪਰ ਦੱਸਿਆ ਜਾਂਦਾ ਪਿਰਥੀ ਚੰਦ ਦੇ ਤਲਾਅ 'ਚ ਕਦੇ ਪਾਣੀ ਨਹੀਂ ਸੀ ਖੜਿਆ, ਸੁੱਕੇ ਦਾ ਸੁੱਕਾ ਹੀ ਰਹਿੰਦਾ ਸੀ, ਕਿਉਂਕਿ ਉਹ ਹਰਿਮੰਦਰ ਨਹੀਂ ਸੀ, ਉਹ ਨਕਲ ਕੀਤੀ ਸੀ। ਨਕਲ ਨਕਲੇ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜਦੋਂ ਥੋੜੇ ਵੱਡੇ ਹੋਏ, 10 ਕੁ ਸਾਲ ਦੀ ਉਮਰ, ਪਹਿਲੇ ਸਮਿਆਂ ਦੇ ਵਿੱਚ ਛੋਟੀ ਉਮਰ ਦੇ ਵਿੱਚ ਰਿਸ਼ਤੇ ਕਰਦੇ ਆ ਕਰਦੇ ਲਾਗੀ ਰਿਸ਼ਤੇ ਕਰਿਆ ਕਰਦੇ ਸੀ। ਹੁਣ ਕਈ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਲਿਆ, ਇਹਦੇ ਨਾਲ ਸ਼ਹੀਦੀ ਜੋੜੀ ਜਾਂਦੇ ਆ, ਨਹੀਂ, ਇਹ ਤਾਂ ਛੋਟਾ ਕਾਰਨ ਹੈ। ਤਾਂ ਇੱਕ ਚੰਦੂ ਹੋਇਆ ਲਾਹੌਰ ਦਾ, ਉਹ ਸ਼ਾਹੀ ਦੀਵਾਨ ਸੀਗਾ ਦਿੱਲੀ ਦਰਬਾਰ ਦੇ ਵਿੱਚ, ਉਹਦੀ ਧੀ ਵਰ ਦੇ ਯੋਗ ਹੋਈ। ਪਹਿਲਾਂ 8-10 ਕੁ ਸਾਲ ਦੀ ਉਮਰ 'ਚ ਹੀ ਰਿਸ਼ਤਾ ਕਰਦਿਆ ਕਰਦੇ ਸੀਗੇ। ਉਹਨੇ ਲਾਗੀਆਂ ਨੂੰ ਕਿਹਾ, ਮੇਰੀ ਧੀ ਵਾਸਤੇ ਕੋਈ ਲੜਕਾ ਲੱਭੋ, ਸ਼ਾਹੀ 68-62 ਹੋਵੇ। ਤੁਹਾਨੂੰ ਪਤਾ ਮੇਰਾ ਕਿੰਨਾ ਵੱਡਾ ਅਹੁਦਾ ਸਰਕਾਰੇ ਦਰਬਾਰੇ। ਤਾਂ ਲਾਗੀ ਜਿਹੜੇ ਸੀ ਰਿਸ਼ਤਾ ਲੱਭਦੇ ਫਿਰਦੇ ਫਿਰਦੇ ਅੰਮ੍ਰਿਤਸਰ ਆਏ, ਦੇਖਿਆ ਵੀ ਰੌਣਕਾਂ ਨੇ, ਸ਼ਾਹੀ 68-62 ਹੈ, ਰਾਜੇ ਜੋਗੀ ਨੇ ਤਾਂ ਜਦੋਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਇੰਨਾ ਸੋਹਣਾ ਬੱਚਾ, ਉਹਨਾਂ ਦਾ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਿਆ। ਉਹ ਛੇਵੇਂ ਪਾਤਸ਼ਾਹ ਨਾਲ ਰਿਸ਼ਤਾ ਪੱਕਾ ਕਰ ਗਏ।
ਸਦਾ ਕੌਰ ਨਾਉਂ ਹੈ ਚੰਦੂ ਦੀ ਧੀ ਦਾ, ਸਦਾ ਕੌਰ ਦਾ। ਜਦੋਂ ਜਾ ਕੇ ਦੱਸਿਆ, ਵਧਾਈ ਦਿੱਤੀ, ਉਹ ਹੰਕਾਰੀ ਚੰਦੂ ਕਹਿੰਦਾ ਕਿੱਥੇ ਰਿਸ਼ਤਾ ਕਰਕੇ ਆਇਓ? ਕਹਿਣ ਲੱਗੇ ਗੁਰੂ ਅਰਜਨ ਸਾਹਿਬ ਸਿੱਖਾਂ ਦੇ ਪੰਜਵੇਂ ਗੁਰੂ, ਉਹਨਾਂ ਦੇ ਸਾਹਿਬਜ਼ਾਦੇ ਨੂੰ ਰਿਸ਼ਤਾ ਕਰੇ ਆਇਆ। ਉਹ ਹੰਕਾਰੀ ਕਹਿੰਦਾ ਮੈਂ ਐਡਾ ਵੱਡਾ ਸ਼ਾਹੀ ਦੀਵਾਨ, ਉਹ ਇੱਕ ਮੰਗ ਕੇ ਖਾਣ ਵਾਲੇ ਫਕੀਰ ਨੇ, ਤੁਸੀਂ ਤਾਂ ਚਵਾਰੇ ਦੀ ਇੱਟ ਮੋਰੀ ਨੂੰ ਲਾਇਆ ਹੋ। ਉੱਚਾ ਬਚਨ ਬੋਲਿਆ, ਗੁਰੂ ਘਰ ਨੂੰ ਨੀਵਾਂ ਦਿਖਾਇਆ, ਆਪਣੇ ਆਪ ਨੂੰ ਉੱਚਾ ਬਚਨ ਬੋਲਦਾ। ਕੀ ਕਹਿੰਦਾ ਹੈ? ਉਹ ਧੀ ਇੱਟ ਚਵਾਰੇ ਦੀ ਤੁਸੀਂ ਲਾ ਮੋਰੀ ਨੂੰ ਆਏ, ਇੱਟ ਚਵਾਰੇ ਦੀ ਤੁਸੀਂ ਲਾ ਮੋਰੀ ਨੂੰ ਆਏ, ਚਵਾਰੇ ਦੀ ਤੁਸੀਂ ਲਾ ਮੋਰੀ ਮੋਰੀ ਨੂੰ ਆਏ, ਮੇਰੀ ਧੀ ਇੱਟ ਚਵਾਰੇ ਦੀ ਤੁਸੀਂ ਲਾ ਮੋਰੀ ਨੂੰ ਆਏ, ਧੀ ਇੱਟ ਚਵਾਰੇ ਦੀ। ਹੰਕਾਰ ਦਾ ਬਚਨ, ਚਵਾਰੇ ਦੀ ਇੱਟ, ਚਵਾਰਾ ਉੱਚਾ ਹੁੰਦਾ ਨਾ, ਮੋਰੀ ਨੀਵੀਂ ਹੁੰਦੀ ਹੈ। ਕਹਿੰਦਾ ਮੈਂ ਉੱਚਾ, ਉਹ ਨੀਵੇਂ ਨੇ, ਚਵਾਰੇ ਦੀ ਇੱਟ ਮੋਰੀ ਨੂੰ ਲਾਇਆ ਹੈ। ਚਲੋ ਕਹਿੰਦਾ ਜੋ ਕਰਨਾ ਤੀ ਹੁਣ ਤਾਂ ਤੁਸੀਂ ਕਰਿਆ ਏ, ਪਰ ਮੇਰੀ ਧੀ ਜਿਹੜੀ ਹੈ ਹੁਣ ਸਿੱਖਾਂ ਦੀ ਮਾਤਾ ਖਵਾਊਗੀ ਕਮ ਸੇ ਕਮ। ਦਿੱਲੀ ਦੀਆਂ ਸੰਗਤਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਘਰ ਗੁਰਗੱਦੀ ਦੇ ਬਰਾਬਰ ਤਾਂ ਤਿੰਨੇ ਲੋਕਾਂ ਚ ਵੀ ਨਹੀਂ ਕੋਈ ਵਸਤੂ, ਇਹ ਆਪਣੇ ਆਪ ਨੂੰ ਵੱਡਾ ਅਖਵਾ ਰਿਹਾ। ਗੁਰੂ ਨਾਨਕ ਦੀ ਗੱਦੀ ਨੂੰ ਨੀਵਾਂ ਕਹਿੰਦਾ ਹੈ। ਸੰਗਤਾਂ ਨੇ ਚਿੱਠੀ ਲਿਖ ਦਿੱਤੀ ਗੁਰੂ ਅਰਜਨ ਸਾਹਿਬ ਨੂੰ ਵੀ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਲੈਣਾ। ਉਧਰੋਂ ਲਾਗੀ ਆਏ ਨੇ ਸ਼ਗਨ ਲੈ ਕੇ, ਉਧਰੋਂ ਸੰਗਤਾਂ ਦੀ ਚਿੱਠੀ ਪਹੁੰਚੀ ਹੈ। ਸੰਗਤਾਂ ਨੇ ਕੀ ਲਿਖਿਆ ਚਿੱਠੀ ਵਿੱਚ ਕਿ ਸੱਚੇ ਪਾਤਸ਼ਾਹ ਦੱਸਦਾ ਮੋਰੀ
ਬਾਦਸ਼ਾਹ ਚੰਦੂ ਤਾਂਚਵਾਰਾ ਬਣੇ ਗੁਰੂ ਜੀ ਹੰਕਾਰੀ ਤਾਂਚਵਾਰਾ ਬਣੇ ਗੁਰੂ ਜੀ ਘਰ ਨੂੰ ਮੋਰੀ ਦੱਸਦਾ ਤੇ ਆਪਣੇ ਆਪ ਨੂੰ ਚਵਾਰਾ ਇਸ ਹੰਕਾਰੀ ਦੀ ਧੀ ਦਾ ਰਿਸ਼ਤਾ ਨਾ ਪ੍ਰਵਾਨ ਕਰੇ। ਗੁਰੂ ਮਹਾਰਾਜ ਨੇ ਚਿੱਠੀ ਪੜ੍ਹੀ ਸੰਗਤਾਂ ਦੀ, ਕਹਿੰਦੇ ਬੇਨਤੀ ਅਸੀਂ ਕਿਵੇਂ ਮੋੜ ਸਕਦੇ ਹਾਂ। ਲਾਗੀਆਂ ਨੂੰ ਕਹਿਤਾ ਜਾਓ ਇਹ ਰਿਸ਼ਤਾ ਸਾਨੂੰ ਪ੍ਰਵਾਨ ਨਹੀਂ, ਚੰਦੂ ਨੂੰ ਕਹਿ ਦਿਓ ਚਵਾਰੇ ਦੀ ਇੱਟ ਚਵਾਰੇ ਨੂੰ ਲਾ ਲੇ। ਇੱਥੋਂ ਚੰਦੂ ਗੁਰੂ ਘਰ ਦਾ ਵਿਰੋਧੀ ਬਣ ਗਿਆ ਵੀ ਮੇਰੀ ਧੀ ਦਾ ਰਿਸ਼ਤਾ ਕਿਉਂ ਮੋੜਿਆ। ਇੱਥੋਂ ਬੈਰੀ ਬਣਿਆ ਮਹਾਰਾਜ ਦਾ, ਲਾਹੌਰ ਦਾ ਸੀ ਇਹ ਰਹਿਣ ਵਾਲਾ। ਪਿਰਥੀ ਚੰਦ ਪਹਿਲੀ ਗੱਦੀ ਲੈਣ ਪਿੱਛੇ ਗੁਰਗੱਦੀ ਮੈਨੂੰ ਮਿਲੇ ਦੁਸ਼ਮਣ ਬਣਿਆ ਹੋਇਆ ਸੀ। ਦੁਸ਼ਮਣ ਦਾ ਦੁਸ਼ਮਣ ਮਿੱਤਰ ਹੁੰਦਾ ਹੈ। ਹੁਣ ਪਿਰਥੀ ਚੰਦ ਤੇ ਚੰਦੂ ਨੇ ਮਿੱਤਰਤਾ ਪਾ ਲਈ। ਕਹਿੰਦਾ ਤੇਰਾ ਵੀ ਵੈਰ ਗੁਰੂ ਅਰਜਨ ਨਾਲ, ਮੇਰਾ ਵੀ ਵੈਰ ਹੈ, ਰਲ ਕੇ ਵੈਰ ਕੱਢਾਂਗੇ। ਇੱਕ ਸੁਲਹੀ ਖਾਂ ਤੇ ਇੱਕ ਸੁਲਭੀ ਖਾਂ, ਇਹ ਚਾਚਾ ਭਤੀਜਾ ਇਹ ਵੀ ਇਹਨਾਂ ਦੇ ਨਾਲ ਰਲ ਗਏ। ਦੁਸ਼ਟਾਂ ਦੀ ਚੌਂਕੜੀ ਇਕੱਠੀ ਹੋ ਗਈ ਸਾਧ ਸੰਗਤ ਜੀ। ਦੁਸ਼ਟ ਚੌਂਕੜੀ ਸਦਾ ਕੂੜ ਕਮਾਵ ਹੈ, ਨਾ ਬੁੱਝ ਹੈ ਵਿਚਾਰੇ। ਜਿੱਥੇ ਦੁਸ਼ਟ ਨਿੰਦਕ ਇਕੱਠੇ ਹੋ ਜਾਣ ਉੱਥੇ ਕੋਈ ਪਰਮੇਸ਼ਰ ਦੇ ਨਾਮ ਦੀ ਵਿਚਾਰ ਨਹੀਂ ਕਰਦੇ, ਕੂੜੇ ਕਮਾਉਂਦੇ ਆ ਨਿੰਦਕ ਇਕੱਠੇ ਹੋ ਕੇ। ਦੁਸ਼ਟ ਚੌਂਕੜੀ ਇਕੱਠੀ ਹੋ ਗਈ ਗੁਰੂ ਸਾਹਿਬ ਦੇ ਖਿਲਾਫ ਮੁਖਾਲਫਤ ਕਰਨ ਵਾਲਿਆਂ ਦੀ। ਅਕਬਰ ਬਾਦਸ਼ਾਹ ਸੀ ਉਸ ਸਮੇਂ, ਅਕਬਰ ਅਜੇ ਜਿਉਂਦਾ ਸੀ, ਅਕਬਰ ਚੰਗਾ ਸੀ ਤੇ ਅਕਬਰ ਦਾ ਇੱਕ ਪੁੱਤਰ ਸੀਗਾ ਸਲੀਮ, ਜਿਹਨੂੰ ਬਾਅਦ ਵਿੱਚ ਜਹਾਂਗੀਰ ਬਾਦਸ਼ਾਹ ਦੇ ਨਾਂ ਨਾਲ ਜਾਣਿਆ ਗਿਆ। ਗੁਰੂ ਅਰਜਨ ਸਾਹਿਬ ਦੇ ਵੇਲੇ ਹਕੂਮਤ ਅਕਬਰ ਬਾਦਸ਼ਾਹ ਦੀ ਤੇ ਜਹਾਂਗੀਰ ਬਾਦਸ਼ਾਹ ਦੀ ਸੀ। ਉਹ ਨਲਾਇਕ ਸੀਗਾ। ਅਕਬਰ ਬਾਦਸ਼ਾਹ ਨੇ ਸੋਚਿਆ ਕਿ ਮੈਂ ਆਪਣੀ ਮਰਨ ਤੋਂ ਬਾਅਦ ਆਪਣੇ ਪੋਤਰੇ ਨੂੰ ਗੱਦੀ ਦੇਣੀ ਹੈ, ਰਾਜ ਗੱਦੀ ਆਪਣੇ, ਕਿਉਂਕਿ ਮੇਰਾ ਪੁੱਤਰ ਜਿਹੜਾ ਨਾ ਯੋਗ ਨਹੀਂ ਰਾਜ ਗੱਦੀ ਦਾ। ਹੁਣ ਸਲੀਮ ਉਹ ਸਮੇਂ ਤੇ ਇੱਕ ਪੀਰ ਸੀਗਾ, ਉਹ ਜਿਹੜਾ ਪੀਰ ਸੀ ਉਹਦੀ ਬੜੀ ਮਾਨਤਾ ਸੀ, ਅਹਿਮਦ ਸਰਹੰਦੀ ਪੀਰ ਦਾ ਨਾਂ ਆਉਂਦਾ। ਜਿਵੇਂ ਸਿੱਖਾਂ ਦੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦਾ ਰੁਤਬਾ, ਇਉਂ ਉਸ ਪੀਰ ਦਾ ਮੁਸਲਮਾਨਾਂ 'ਚ ਅਹੁਦਾ ਸੀਗਾ। ਉਹਦੀ ਸਰਕਾਰੇ ਦਰਬਾਰੇ ਕੋਈ ਮੋੜਦਾ ਨਹੀਂ ਸੀ। ਉਹ ਜਿਹੜਾ ਪੀਰ ਸੀ ਉਹ ਗੁਰੂ ਘਰ ਨਾਲ ਈਰਖਾ ਖਾਂਦਾ ਸੀ, ਉਹਨੂੰ ਚੰਗਾ ਨਹੀਂ ਸੀ ਲੱਗਦਾ, ਸਿੱਖੀ 'ਚ ਵਾਧਾ ਹੋ ਰਿਹਾ ਸੀ। ਕਿਉਂਕਿ ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਮੁੱਖ ਕਾਰਨ ਇਹ ਹੈ ਕਿ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਨਾਲ ਸਿੱਖੀ 'ਚ ਬਹੁਤ ਵਾਧਾ ਹੋਇਆ, ਮੁਸਲਮਾਨ ਵੀ ਸਿੱਖ ਬਣ ਗਏ ਸੀ। ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਦਾ ਵੀ ਇਹੀ ਕਾਰਨ ਹੈ, ਕਿਉਂਕਿ ਸੰਤਾਂ ਦੀ ਸ਼ਹੀਦੀ ਤੋਂ ਪਹਿਲਾਂ ਉਹਨਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਹਿੰਦੂ ਵੀ ਸਿੱਖ ਬਣ ਕੇ ਉਹਨਾਂ ਦੇ ਨਾਲ ਰਲ ਗਏ ਸੀ ਜਥੇ 'ਚ। ਜਿਹੜੀ RSS ਹੈ ਰੌਲਾ ਲੱਗੀ ਸੀ ਪਾਉਣ ਵੀ ਇਹ ਤਾਂ ਸਾਰੇ ਹਿੰਦੂਆਂ ਨੂੰ ਸਿੰਘ ਸਜਾ ਦੇਣਗੇ,
ਇਸੇ ਕਰਕੇ ਤਾਂ ਫੌਜਾਂ ਚਾੜੀਆਂ, ਕਿਉਂਕਿ ਸਮੇਂ ਦੀਆਂ ਸਰਕਾਰਾਂ ਨੂੰ ਸੱਚ ਦਾ ਪ੍ਰਚਾਰ ਚੰਗਾ ਨਹੀਂ ਲੱਗਦਾ ਹੁੰਦਾ। ਗੁਰੂ ਅਰਜਨ ਸਾਹਿਬ ਦੇ ਨਾਲ ਉਹ ਪੀਰ ਈਰਖਾ ਖਾਂਦਾ ਸੀ, ਹੁਣ ਕੁਦਰਤ ਐਸੀ ਹੋਈ ਉਹਦੇ ਕੋਲੇ ਚਲਿਆ ਗਿਆ ਜਹਾਂਗੀਰ। ਉਹ ਪੀਰ ਨੂੰ ਕਹਿੰਦਾ ਮੇਰੇ ਪਿਤਾ ਨੂੰ ਕਹਿ ਕੇ ਮੈਨੂੰ ਗੱਦੀ ਦਵਾਓ। ਇਹ ਰਾਜਨੀਤੀ ਐਸੀ ਚੀਜ਼ ਹੈ ਘਰਾਂ 'ਚ ਫੁੱਟ ਪਾ ਦਿੰਦੀ ਹੈ। ਇਹ ਗੱਦੀ ਦੀ ਕੁਰਸੀ ਦੀ ਲਾਲਸਾ ਇੰਨੀ ਮਾੜੀ ਹੈ। ਉਹ ਪੀਰ ਕਹਿੰਦਾ ਗੱਦੀ ਤਾਂ ਤੈਨੂੰ ਦਵਾ ਦੂੰ, ਬਾਦਸ਼ਾਹ ਤਾਂ ਬਣਾ ਦੂੰ, ਪਰ ਮੇਰਾ ਇੱਕ ਕੰਮ ਕਰਨਾ ਪੈਣਾ। ਤੂੰ ਮੇਰਾ ਕਹਿਣਾ ਮੰਨ ਲੈ, ਮੈਂ ਤੇਰਾ ਮੰਨ ਲੈਣਾ। ਕਹਿਣ ਲੱਗਿਆ ਜੀ ਦੱਸੋ। ਕਹਿਣ ਲੱਗਿਆ ਜਦੋਂ ਤੂੰ ਬਾਦਸ਼ਾਹ ਬਣ ਜਾਏਗਾ, ਮੈਨੂੰ ਸਿੱਖਾਂ ਦਾ ਜਿਹੜਾ ਪੰਜਵਾਂ ਗੁਰੂ ਹੈ ਮੈਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਉਹਨਾਂ ਦਾ ਪ੍ਰਚਾਰ ਇੰਨਾ ਪ੍ਰਭਾਵਸ਼ਾਲੀ ਹੈ, ਮੁਸਲਮਾਨ ਵੀ ਸਿੱਖ ਬਣਨੇ ਸ਼ੁਰੂ ਹੋ ਗਏ ਹੈ। ਜੇ ਉਹ ਰਹਿ ਗਏ ਨਹੀਂ ਪਤਾ ਸਾਰੇ ਇਸਲਾਮ ਨੂੰ ਸਿੱਖੀ 'ਚ ਬਦਲ ਦੇਣ, ਤਾਂ ਉਹਨਾਂ ਦਾ ਕੋਈ ਹੱਲ ਕੱਢਣਾ ਹੋਊਗਾ, ਜਾਂ ਤਾਂ ਉਹਨਾਂ ਨੂੰ ਮੁਸਲਮਾਨ ਬਣਾਈ ਜਾਂ ਕਤਲ ਕਰ ਦੀ। ਜਹਾਂਗੀਰ ਕਹਿੰਦਾ ਇਹ ਮੇਰੀ ਜ਼ਿੰਮੇਵਾਰੀ ਆ, ਮੈਨੂੰ ਗੁਰਗੱਦੀ ਦਵਾਓ ਮੇਰੇ ਪਿਤਾ ਨੂੰ ਕਹਿ ਕੇ। ਫਿਰ ਉਹ ਪੀਰ ਨੇ ਫਰਮਾਇਸ਼ ਕਰੀ ਅਕਬਰ ਕੋਲੇ ਕਿ ਕੋਈ ਗੱਲ ਨਹੀਂ, ਪੁੱਤਰ ਨੂੰ ਗੁਰਗੱਦੀ ਦਿਓ, ਪੁੱਤਰ ਨੂੰ ਗੱਦੀ ਦੇ। ਤੇ ਫਿਰ ਅਕਬਰ ਬਾਦਸ਼ਾਹ ਨੇ ਗੱਦੀ ਦਿੱਤੀ ਆਪਣੇ ਪੁੱਤਰ ਸਲੀਮ ਨੂੰ, ਫਿਰ ਉਹਨੇ ਜਹਾਂਗੀਰ ਨਾਂ ਰੱਖ ਲਿਆ। ਅਕਬਰ ਬਾਦਸ਼ਾਹ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਗੱਦੀ ਮਿਲੀ ਨਾ, ਉਹਦੇ ਪੁੱਤਰ ਖੁਸਰੋ ਨੇ, ਜਹਾਂਗੀਰ ਦੇ ਪੁੱਤਰ ਨੇ ਬਗਾਵਤ ਕਰ ਦਿੱਤੀ ਕਿ ਮੇਰਾ ਦਾਦਾ ਅਕਬਰ ਬਾਦਸ਼ਾਹ ਮੈਨੂੰ ਗੱਦੀ ਦੇਣਾ ਚਾਹੁੰਦਾ ਸੀ। ਬਗਾਵਤ ਕਰ ਦਿੱਤੀ ਆਪਣੇ ਪਿਤਾ ਜਹਾਂਗੀਰ ਦੇ ਖਿਲਾਫ, ਜਿਹੜਾ ਖੁਸਰੋ ਸੀ। ਖੁਸਰੋ ਵੀ ਚੰਗਾ ਬੰਦਾ ਸੀ, ਅਕਬਰ ਬਾਦਸ਼ਾਹ ਵੀ ਚੰਗਾ ਬੰਦਾ ਸੀ, ਸਾਰਾ ਪਰਿਵਾਰ ਨਹੀਂ ਇੱਕੋ ਜਿਹਾ ਹੋਇਆ ਕਰਦਾ, ਪਰ ਜਹਾਂਗੀਰ ਵਧੀਆ ਬੰਦਾ ਨਹੀਂ ਸੀ। ਉਹ ਆਪਣੇ ਸਾਥੀਆਂ ਨੂੰ ਲੈ ਕੇ ਖੁਸਰੋ ਪੰਜਾਬ ਵੱਲ ਆਇਆ। ਦੱਸਿਆ ਜਾਂਦਾ ਗੁਰੂ ਅਰਜਨ ਸਾਹਿਬ ਨੂੰ ਮਿਲਿਆ, ਉਹਨਾਂ ਦੇ ਲੰਗਰ ਚੋਂ ਪ੍ਰਸ਼ਾਦਾ ਛਕਿਆ। ਪਿਰਥੀ ਚੰਦ ਨੇ ਕੋਈ ਕਸਰ ਨਹੀਂ ਛੱਡੀ ਸਾਧ ਸੰਗਤ ਦੀ ਗੁਰੂ ਅਰਜਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ। ਪਿਰਥੀ ਚੰਦ ਨੇ ਅਕਬਰ ਬਾਦਸ਼ਾਹ ਦੀ ਕਚਹਿਰੀ 'ਚ ਕੇਸ ਪਵਾ ਦਿੱਤਾ ਆਪਣੇ ਪੁੱਤਰ ਤੋਂ ਕਿ ਜਦੋਂ ਮੇਰੇ ਚਾਚਾ ਗੁਰੂ ਅਰਜਨ ਦੇਵ ਦੇ ਔਲਾਦ ਨਹੀਂ ਸੀ, ਤਾਂ ਮੇਰੇ ਚਾਚਾ ਗੁਰੂ ਅਰਜਨ ਦੇਵ ਨੇ ਮੈਨੂੰ ਮਤਵੰਨਾ ਪੁੱਤਰ ਬਣਾਇਆ ਸੀ, ਮੈਨੂੰ ਹੱਕ ਮਿਲਣਾ ਚਾਹੀਦਾ। ਪਿਰਥੀ ਚੰਦ ਨੂੰ ਫਿਰ 14,000 ਵਿਘਾ ਜ਼ਮੀਨ ਮਿਲੀ, 2 ਪਿੰਡਾਂ ਦੀ ਜ਼ਮੀਨ, ਪਰ ਰੱਜਿਆ ਫੇਰ ਨਹੀਂ। ਉਹਦੇ ਘਰ ਵਾਲੀ ਕਹਿੰਦੀ ਜ਼ਮੀਨ ਕੀ ਕਰਨੀ ਹੈ, ਗੱਲ ਤਾਂ ਗੁਰੂ ਬਣਨ ਦੀ ਹੈ, ਜ਼ਮੀਨ ਆਪਾਂ ਕੀ ਕਰਨੀ ਹੈ, ਗੱਲ ਤਾਂ ਹੈ ਨਾ ਵੀ ਮਾਨਤਾ ਨਹੀਂ ਹੋ ਰਹੀ, ਤੂੰ ਗੁਰੂ ਹੋਵੇਂ, ਲੋਕ ਮੈਨੂੰ ਗੁਰੂ ਮਾਂ ਕਹਿਣ, ਮੱਥੇ ਟੇਕਣ, ਮੱਥੇ ਤਾਂ ਆਪਣੇ ਸ਼ਰੀਕ ਨੂੰ ਟਿੱਕੀ ਜਾਂਦੇ ਆ, ਜ਼ਮੀਨ ਕੀ ਕਰਨੀ ਹੈ ਆਪਾਂ। ਫੇਰ ਦੱਸਿਆ ਜਾਂਦਾ ਹੈ ਜਿਹੜਾ ਪਿਰਥੀ ਚੰਦ ਸੀ ਉਹ ਸੁਲਭੀ ਖਾਨ ਨੂੰ ਲਿਆਇਆ ਸੀ ਚੜਾ ਕੇ ਗੁਰੂ ਅਰਜਨ ਸਾਹਿਬ ਨੂੰ ਮਰਵਾਉਣ ਵਾਸਤੇ, ਕਤਲ ਕਰਾਉਣ ਵਾਸਤੇ। ਜਦੋਂ ਅੰਮ੍ਰਿਤਸਰ ਗੱਲ ਪਹੁੰਚੀ ਵੀ ਸੁਲਭੀ ਖਾਨ ਚੜਿਆ ਆ ਰਿਹਾ ਹੈ, ਤਾਂ 4 ਸਿੱਖਾਂ ਦੇ ਗਰੁੱਪ ਸੀਗੇ। ਇੱਕ ਗਰੁੱਪ ਸਿੱਖਾਂ ਦਾ ਕਹਿੰਦਾ ਮਹਾਰਾਜ ਸੁਲਭੀ ਖਾਂ ਚੜਿਆ ਆ ਰਿਹਾ, ਆਪਾਂ ਨੂੰ ਬਾਦਸ਼ਾਹ ਨੂੰ ਚਿੱਠੀ ਲਿਖਣੀ ਚਾਹੀਦੀ ਹੈ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ,
ਦੂਜਾ ਸੰਗਤਾਂ ਦਾ ਗਰੁੱਪ ਕਹਿੰਦਾ ਆਪਾਂ ਨੂੰ ਦੋ ਬੰਦੇ ਭੇਜਣੇ ਚਾਹੀਦੇ ਨੇ ਵਕਾਲਤ ਕਰਨ ਵਾਸਤੇ ਬਾਦਸ਼ਾਹ ਦੇ ਦਰਬਾਰ ਵਿੱਚ, ਦੂਤੀਏ ਮਤਾ ਦੋਏ ਮਨੁੱਖ ਪਹੁੰਚਾਵੋ। ਤੇ ਤੀਜੇ ਕਹਿੰਦੇ ਆਪਾਂ ਨੂੰ ਹਥਿਆਰ ਚੱਕ ਕੇ ਲੜਨਾ ਚਾਹੀਦਾ। ਤ੍ਰਿਤੀਏ ਮਤਾ ਕਿਛ ਕਰੋ ਪਾਇਆ। ਫਿਰ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਤੁਹਾਡਾ ਕੀ ਵਿਚਾਰ ਹੈ, ਹੁਣ ਤੁਸੀਂ ਦੱਸੋ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਸਭ ਕੁਛ ਛਾੜ ਪ੍ਰਭ, ਤੂੰ ਹੀ ਧਿਆਇਆ, ਮੈਂ ਤਾਂ ਸਾਰੀਆਂ ਢੇਰੀਆਂ ਢਾ ਕੇ ਇੱਕ ਪਰਮੇਸ਼ਰ ਦੇ ਨਾਮ ਦੀ ਇਹ ਢੇਰੀ ਰੱਖੀ ਹੈ, ਰੱਬ ਤੇ ਡੋਰੀਆਂ ਛੱਡਤੀਆਂ ਅਸੀਂ ਤਾਂ। ਨਾ ਅਸੀਂ ਚਿੱਠੀ ਭੇਜੀਏ ਕਹਿਣਗੇ ਡਰ ਗਏ, ਨਾ ਅਸੀਂ ਬੰਦੇ ਭੇਜੀਏ, ਨਾ ਅਸੀਂ ਅਜੇ ਆਗਿਆ ਦੇ ਸਕਦੇ ਹਾਂ ਸਿੱਖਾਂ ਨੂੰ ਹਥਿਆਰ ਚੱਕਣ ਦੀ, ਕਿਉਂਕਿ ਇਹ ਹਥਿਆਰ ਛੇਵੇਂ ਜਾਮੇ 'ਚ ਚੱਕਾਂਗੇ, ਅਜੇ ਸਮਾਂ ਨਹੀਂ ਆਇਆ, ਅਜੇ ਸ਼ਾਂਤਮਈ ਰੱਖਣ ਦਾ ਹੁਕਮ ਹੈ ਅਕਾਲ ਪੁਰਖ ਵੱਲੋਂ। ਫਿਰ ਸੁਲਭੀ ਖਾਨ ਸੀ ਜਿਹੜਾ ਬਿਆਸਾ ਦਰਿਆ ਦੇ ਕੋਲੇ ਜਾ ਕੇ ਉਹਨੇ ਰਾਤ ਕੱਟੀ, ਰਾਤ ਨੂੰ ਉਹਦਾ ਆਪਣੇ ਬੰਦੇ ਨਾਲ ਝਗੜਾ ਹੋ ਗਿਆ ਸਾਇਦ ਹਸਨ ਅਲੀ ਜਲੰਧਰ ਦੇ ਨਾਲ। ਉਹ ਕਹਿੰਦਾ ਮੇਰੀ ਤਨਖਾਹ ਦੇ। ਸੁਲਭੀ ਖਾਂ ਉਹਨੂੰ ਗਾਲ ਕੱਢ ਗਿਆ, ਉਹਨੇ ਗਾਲ ਤਾਂ ਨਹੀਂ ਕੱਢੀ ਪਰ ਤਲਵਾਰ ਕੱਢ ਕੇ ਸੀਸ ਜ਼ਰੂਰ ਵੱਢ ਦਿੱਤਾ ਸੁਲਭੀ ਖਾਂ ਦਾ। ਮਾਰਨ ਆਇਆ ਸੀ, ਰਸਤੇ 'ਚ ਹੀ ਮਰ ਗਿਆ। ਜਦੋਂ ਸੁਲਭੀ ਖਾਂ ਮਰ ਗਿਆ, ਪਿਰਥੀ ਚੰਦ ਨੇ ਤਾਂ ਘਿਓ ਦੇ ਦੀਵੇ ਵਾਲੇ ਸੀ, ਮੇਰੇ ਭਰਾ ਨੂੰ ਮਾਰਨ ਆਇਆ, ਹੁਣ ਪਿਰਥੀ ਚੰਦ ਦੇ ਘਰੇ ਤਾਂ ਸਿਆਪਾ ਪੈ ਗਿਆ। ਪਿਰਥੀ ਚੰਦ ਗਿਆ ਉਹਦੇ ਚਾਚੇ ਕੋਲੇ, ਸੁਲਹੀ ਖਾਂ ਦੇ ਕੋਲੇ, ਕਹਿਣ ਲੱਗਿਆ ਮੇਰੇ ਭਰਾ ਨੇ ਬਦਮਾਸ਼ ਬੰਦੇ ਰੱਖੇ ਹੈ, ਤੇਰੇ ਭਤੀਜੇ ਦਾ ਕਤਲ ਕਰਵਾਇਆ, ਮੇਰੇ ਭਰਾ ਨੇ ਉਂਗਲਾਂ ਲਾਉਂਦਾ ਚੁੱਕਣਾ ਦਿੰਦਾ ਤੇ ਚੜਾ ਲਿਆ ਫਿਰ ਸੁਲਹੀ ਖਾਂ ਨੂੰ, ਮਹਾਰਾਜ ਨੂੰ ਮਾਰਨ ਵਾਸਤੇ। ਸਿੱਖ ਕਹਿੰਦੇ ਮਹਾਰਾਜ ਸੁਲਹੀ ਖਾਂ ਚੜਿਆ ਆ ਰਿਹਾ। ਸਤਿਗੁਰੂ ਕਹਿੰਦੇ ਜਿਵੇਂ ਇਹਦੇ ਭਤੀਜੇ ਦਾ ਇਲਾਜ ਰਸਤੇ 'ਚ ਹੀ ਹੋ ਗਿਆ, ਇਹਦਾ ਵੀ ਹੋ ਜੂਗਾ, ਕੋਈ ਗੱਲ ਨਹੀਂ, ਡਰੋ ਨਾ। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਤੇ ਜਿਹੜਾ ਸੁਲਹੀ ਖਾਂ ਸੀਗਾ ਉਹ ਪਿਰਥੀ ਚੰਦ ਦੇ ਕੋਲੇ ਆ ਕੇ ਰਹੇ ਆ, ਕਹਿੰਦਾ ਅੱਜ ਆਰਾਮ ਕਰਕੇ ਕੱਲ ਨੂੰ ਅੰਮ੍ਰਿਤਸਰ ਵੱਲ ਚਾਲੇ ਪਾਊਂਗਾ। ਤੇ ਸ਼ਾਮ ਨੂੰ ਪਿਰਥੀ ਚੰਦ ਉਹਨੂੰ ਭੱਠੇ ਦਿਖਾਉਣ ਵਾਸਤੇ ਲੈ ਗਿਆ, ਇੱਟਾਂ ਦੇ ਭੱਠੇ ਸੀ ਕਿਉਂਕਿ 14,000 ਬਿੱਘਾ ਸੀ ਜ਼ਮੀਨ ਪਿਰਥੀ ਚੰਦ ਕੋਲੇ। ਜਦੋਂ ਲੈ ਗਿਆ ਉਹਦਾ ਘੋੜਾ ਭੱਠੇ ਦੀ ਅੱਗ ਤੋਂ ਡਰ ਗਿਆ, ਸਮੇਤ ਆਪਣੇ ਮਾਲਕ ਸੁਲਹੀ ਖਾਂ ਨੂੰ ਲੈ ਕੇ ਘੋੜੇ ਨੇ ਅੱਗ 'ਚ ਛਾਲ ਮਾਰਤੀ। ਸਮੇਤ ਘੋੜਾ ਤੇ ਸੁਲਹੀ ਖਾਂ ਦੋਏ ਮੱਚ ਕੇ ਸਵਾਹ ਹੋ ਗਏ। ਮੁਸਲਮਾਨ ਅੱਗ 'ਚ ਮੱਚ ਕੇ ਮਰਨਾ ਬੜਾ ਮਾੜਾ ਮੰਨਦੇ ਆ, ਇਹ ਬੰਦੇ ਨੂੰ ਦੱਬਦੇ ਹੁੰਦੇ ਆ। ਫਿਰ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਵੀ ਉਹ ਵੀ ਰਸਤੇ 'ਚ ਹੀ ਮਰ ਗਿਆ, ਉਹਦਾ ਰਸਤੇ 'ਚ ਹੀ ਭੋਗ ਪੈ ਗਿਆ, ਫਿਰ ਮਹਾਰਾਜ ਨੇ ਸ਼ਬਦ ਉਚਾਰਿਆ ਬਾਣੀ 'ਚ, ਕਹਿੰਦੇ ਸੁਲਹੀ ਤੇ ਨਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਕਹਿੰਦੇ ਨਰਾਇਣ ਨੇ, ਰੱਬ ਨੇ ਸਾਨੂੰ ਰੱਖ ਲਿਆ ਸੁਲਹੀ ਖਾਂ ਤੋਂ, ਰਸਤੇ 'ਚ ਹੀ ਮਰ ਗਿਆ। ਕਹਿੰਦੇ ਨਪਾਕ ਤੋਂ ਭਾਵ ਨਪਾਕ ਮੌਤ ਮਰਿਆ, ਅੱਗ 'ਚ ਮੱਚ ਕੇ ਮਰਿਆ। ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਕਾਢ ਕਠਾਰ ਖਸਮ ਸਿਰ ਕਾਟਿਆ, ਜਿਨ ਰਚਿਆ ਤਿਨ ਦੀਨਾ ਧਾਕ। ਮੰਦਾ ਚਿਤਵਤ ਚਿਤਵਤ ਪੱਚਿਆ, ਖਿਨਵੇਂ ਹੋਏ ਗਿਆ ਹੈ ਖਾਕ। ਜਿਹੜਾ ਕਿਸੇ ਦੂਜੇ ਦਾ ਬੁਰਾ ਸੋਚਦਾ ਇੱਕ ਦਿਨ ਉਹਦਾ ਆਪਣਾ ਹੀ ਬੁਰਾ ਹੋ ਜਾਂਦਾ।
ਫਿਰ ਹੁਣ ਜਹਾਂਗੀਰ ਬਾਦਸ਼ਾਹ ਦੇ ਕੋਲੇ ਅਕਬਰ ਦੀ ਮੌਤ ਹੋਈ, ਜਹਾਂਗੀਰ ਗੱਦੀ ਤੇ ਬੈਠਿਆ। ਉਹਨੇ ਪੀਰ ਨਾਲ ਵੀ ਵਾਅਦਾ ਕਰਿਆ ਸੀ ਕਿ ਮੈਂ ਸਿੱਖਾਂ ਦੇ ਪੰਜਵੇਂ ਗੁਰੂ ਨੂੰ ਸਬਕ ਸਿਖਾਉਣਾ। ਹੁਣ ਬਹਾਨਾ ਇਹ ਲੈ ਲਿਆ ਕਿ ਮੇਰਾ ਪੁੱਤਰ ਖੁਸਰੋ ਜਿਹੜਾ ਬਾਗੀ ਸੀ ਗੁਰੂ ਅਰਜਨ ਦੇਵ ਨੇ ਉਹਨੂੰ ਪਨਾਹ ਦਿੱਤੀ ਹੈ। ਮੁਸਲਮਾਨਾਂ ਦੇ ਚਾਰ ਤਖਤ ਸੀਗੇ, ਇੱਕ ਦਿੱਲੀ, ਇੱਕ ਲਾਹੌਰ, ਇੱਕ ਕਲਾਨੌਰ ਤੇ ਇੱਕ ਆਗਰੇ। ਵੱਡੇ ਤਖਤ ਦਿੱਲੀ ਤੇ ਲਾਹੌਰ ਦਾ ਸੀ। ਬਾਦਸ਼ਾਹ ਜਹਾਂਗੀਰ ਲਾਹੌਰ ਆਇਆ ਤੇ ਗੁਰੂ ਸਾਹਿਬ ਦੇ ਗ੍ਰਿਫਤਾਰੀ ਦੇ ਵਾਰੰਟ ਕੱਢ ਦਿੱਤੇ ਕਿ ਜਾਓ ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰਕੇ ਮੇਰੇ ਪੇਸ਼ ਕਰੋ। ਉਹਨਾਂ ਨੇ ਮੇਰੇ ਬਾਗੀ ਪੁੱਤਰ ਨੂੰ ਪਨਾਹ ਦਿੱਤੀ ਹੈ। ਮੈਂ ਸੁਣਿਆ ਮੇਰੇ ਪੁੱਤਰ ਤੇ ਤਿਲਕ ਵੀ ਲਾਇਆ, ਜਿਹਨੂੰ ਹਿੰਦੂ ਚੰਗਾ ਸਗਨ ਸਮਝਦੇ ਐ। ਮੈਂ ਸੁਣਿਆ ਮੇਰੇ ਪੁੱਤਰ ਨੂੰ ਇਨਾਮ ਮਦਦ ਦਿੱਤੀ ਆ, ਲੱਖ ਰੁਪਈਆ ਵੀ ਦਿੱਤਾ। ਇਹ ਬਹਾਨਾ ਬਣਾਇਆ ਸੀ। ਜਹਾਂਗੀਰ ਦਾ ਪੁੱਤਰ ਆਇਆ ਸੀ, ਪੰਗਤ ਵਿੱਚ ਬੈਠ ਕੇ ਲੰਗਰ ਛੱਕ ਕੇ ਚਲਿਆ ਗਿਆ। ਗੁਰੂ ਅਰਜਨ ਸਾਹਿਬ ਨੇ ਕੋਈ ਉਹਨੂੰ ਪੈਸਾ ਨਹੀਂ ਦਿੱਤਾ, ਕੋਈ ਉਹਦੇ ਤਿਲਕ ਨਹੀਂ ਲਾਇਆ। ਤਿਲਕ ਤਾਂ ਲਾਉਂਦੇ ਹੀ ਨਹੀਂ ਗੁਰੂ ਘਰ ਦੇ ਵਿੱਚ। ਜਦੋਂ ਗੁਰੂ ਤਾਂ ਗੱਦੀ ਦਿੰਦੇ ਰਹੇ ਆ ਗੁਰੂ ਸਾਹਿਬਾਨ, ਉਦੋਂ ਕੇਵਲ ਤੇ ਕੇਵਲ ਗੁਰੂ ਤਾਂ ਗੱਦੀ ਦਾ ਤਿਲਕ ਦਿੰਦੇ ਲਾਉਂਦੇ ਰਹੇ ਆ। ਤੇ ਸਾਧ ਸੰਗਤ, ਫੇਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਾਣ ਲਿਆ ਵੀ ਹੁਣ ਸਮਾਂ ਨੇੜੇ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫੇਰ ਬਾਬਾ ਬੁੱਢਾ ਜੀ ਭਾਈ ਗੁਰਦਾਸ ਵਰਗਿਆਂ ਨੂੰ ਸੇਵਾ ਸੌਂਪੀ ਅੰਮ੍ਰਿਤਸਰ ਦੀ, ਤੇ ਗੁਰਤਾ ਗੱਦੀ ਦਿੱਤੀ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨੂੰ। ਕਹਿ ਦਿੱਤਾ ਸਾਡੇ ਤੋਂ ਬਾਅਦ ਹਰਗੋਬਿੰਦ ਸਾਹਿਬ ਤੁਹਾਡੇ ਗੁਰੂ ਹੋਣਗੇ। ਤੇ ਆਪਣੇ ਨਾਲ ਭਾਈ ਜੇਠਾ, ਪੈੜਾ, ਵਿਧੀਆ, ਲੰਗਾਹਾ, ਪੁਰਾਣਾ ਜੀ, ਪੰਜ ਸਿੱਖਾਂ ਨੂੰ ਲੈ ਕੇ, ਸੰਗਤਾਂ ਤਾਂ ਹੋਰ ਵੀ ਬਹੁਤ ਤੁਰੀਆਂ ਸੀ ਨਾਲ, ਬਾਕੀਆਂ ਨੂੰ ਮੋੜ ਦਿੱਤਾ। ਇਹ ਪੰਜੇ ਬ੍ਰਹਮ ਗਿਆਨੀ ਸਿੱਖ ਇਹਨਾਂ ਨੂੰ ਲੈ ਕੇ ਮਹਾਰਾਜ ਲਾਹੌਰ ਗਏ ਹੈ। ਇਸੇ ਤਰ੍ਹਾਂ ਨੌਵੇਂ ਜਾਮੇ ਦੇ ਵਿੱਚ ਵੀ ਪੰਜ ਸਿੱਖਾਂ ਨੂੰ ਲੈ ਕੇ ਦਿੱਲੀ ਵੱਲ ਰਵਾਨਾ ਹੋਏ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ, ਗੁਰੂ ਅਰਜਨ ਸਾਹਿਬ ਨੌਵੇਂ ਪਾਤਸ਼ਾਹ ਦੇ ਦਾਦਾ ਜੀ ਲੱਗਦੇ ਸੀ। ਇੱਕ ਦਾਦੇ ਪੋਤੇ ਨੇ ਸ਼ਾਂਤਮਈ ਸ਼ਹੀਦੀ ਦਿੱਤੀ। ਹੁਣ ਛੇਵੇਂ ਪਾਤਸ਼ਾਹ, ਦਸਵੇਂ ਪਾਤਸ਼ਾਹ ਦੇ ਦਾਦਾ ਜੀ ਲੱਗਦੇ ਸੀ। ਇੱਕ ਦਾਦੇ ਪੋਤਰੇ ਨੇ ਖੰਡਾ ਖੜਕਾਇਆ। ਸਾਧ ਸੰਗਤ, ਇਤਿਹਾਸ ਦੁਹਰਾਉਂਦਾ ਹੈ ਆਪਣੇ ਆਪ ਨੂੰ। ਗੁਰੂ ਅਰਜਨ ਸਾਹਿਬ ਲਾਹੌਰ ਗਏ, ਭਾਈ ਸੁੱਧੂ ਦੀ ਹਵੇਲੀ ਚ ਠਹਿਰੇ ਹੈ। ਲਾਹੌਰ ਦੇ ਬੜੇ ਪ੍ਰੇਮੀ ਸਿੱਖ ਭਾਈ ਬੁੱਧੂ, ਭਾਈ ਸੁੱਧੂ, ਭਾਈ ਲੱਦਾ ਪਰਉਪਕਾਰੀ ਵਰਗੇ ਇਹ ਲਾਹੌਰ ਦੇ ਸਿੱਖ ਸੀਗੇ। ਲਾਹੌਰ ਦੀ ਸੰਗਤ ਨੂੰ ਪਤਾ ਲੱਗ ਗਿਆ ਗੁਰੂ ਸਾਹਿਬ ਨੂੰ ਬਾਦਸ਼ਾਹ ਨੇ ਬੁਲਾਇਆ। ਸੰਗਤਾਂ ਬਰਾਗ ਕਰਦੀਆਂ ਨੇ, ਸੰਗਤਾਂ ਨੂੰ ਪਤਾ ਸੀ ਬਾਦਸ਼ਾਹ ਦੀ ਨੀਤ ਖੋਟੀ ਹੈ, ਬਾਦਸ਼ਾਹ ਦੀ ਨੀਅਤ ਠੀਕ ਨਹੀਂ, ਪਤਾ ਸੀ ਸੰਗਤ ਨੂੰ। ਇਤਿਹਾਸ ਨੂੰ ਨੇੜੇ ਲਿਆਈਏ, ਸੰਖੇਪ ਵਿਚਾਰ ਹੈ। ਗੁਰੂ ਅਰਜਨ ਸਾਹਿਬ ਨੂੰ ਬਾਦਸ਼ਾਹ ਨੇ ਦਰਬਾਰ 'ਚ ਬੁਲਾਇਆ। ਜਦੋਂ ਅੱਜ ਗੁਰੂ ਸਾਹਿਬ ਬਾਦਸ਼ਾਹ ਦੇ ਦਰਬਾਰ 'ਚ ਪੇਸ਼ ਹੋਏ, ਬਾਦਸ਼ਾਹ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਇੱਕ ਵਾਰੀ ਤਾਂ ਬਾਦਸ਼ਾਹ ਦੇ ਮਨ ਨੂੰ ਸ਼ਾਂਤੀ ਆ ਗਈ, ਕਿਉਂਕਿ ਸਾਦਾ ਲਿਬਾਸ। ਬਾਦਸ਼ਾਹ ਨੂੰ ਇਹ ਪੱਕਾ ਯਕੀਨ ਹੋ ਗਿਆ ਵੀ ਇਹ ਕੋਈ ਬਦਮਾਸ਼ ਰੱਖਣ ਵਾਲੇ ਨਹੀਂ, ਇਹਨਾਂ ਦੇ ਤਾਂ ਚਿਹਰੇ ਤੋਂ ਸ਼ਾਂਤੀ ਝੜਦੀ ਹੈ। ਪਰ ਬਾਦਸ਼ਾਹ ਨੇ ਹੁਣ ਵਾਅਦਾ ਕਰਿਆ ਹੋਇਆ ਸੀ ਅਹਿਮਦ ਸਰਹੰਦੀ ਪੀਰ ਦੇ ਨਾਲ ਕਿ ਤੂੰ ਮੈਨੂੰ ਗੱਦੀ ਦਵਾ, ਰਾਜਾ ਬਣਾ, ਮੈਂ ਸਿੱਖਾਂ ਦੇ ਪੰਜਵੇਂ ਗੁਰੂ ਨੂੰ ਸਬਕ ਸਿਖਾਵਾਂਗਾ। ਬਾਦਸ਼ਾਹ ਨੇ ਆਪਣੀ ਜੀਵਨੀ 'ਚ ਵੀ ਲਿਖਿਆ ਵੀ ਮੈਨੂੰ ਗੁਰੂ ਘਰ ਦੀ ਚੜ੍ਹਦੀ ਕਲਾ ਚੰਗੀ ਨਹੀਂ ਸੀ ਲੱਗਦੀ। ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਆ, ਇਹ ਤਾਂ ਬਹਾਨੇ ਬਣਾਏ ਸਾਰੇ।
ਵੀ ਮੇਰੇ ਪੁੱਤਰ ਨੂੰ ਪਨਾਹ ਦੇਤੀ। ਇਹ ਬਹਾਨੇ ਸੀਗੇ। ਚੰਦੂ ਵੀ ਆ ਗਿਆ। ਚੰਦੂ ਹੁਣ ਕਹਿੰਦਾ ਮੈਨੂੰ ਵੀ ਰੜਕ ਹੈ, ਮੇਰੀ ਧੀ ਦਾ ਰਿਸ਼ਤਾ ਮੋੜਿਆ ਇਹਨਾਂ ਨੇ। ਫਿਰ ਉਹ ਸਮੇਂ ਤੇ ਬਾਦਸ਼ਾਹ ਨੇ ਸਵਾਲ ਕੀਤੇ ਗੁਰੂ ਅਰਜਨ ਸਾਹਿਬ ਨੂੰ, ਕਹਿਣ ਲੱਗਿਆ ਜੀ ਮੈਂ ਸੁਣਿਆ ਮੇਰਾ ਪੁੱਤਰ ਬਾਗੀ ਹੋ ਕੇ ਤੁਹਾਡੇ ਕੋਲ ਆਇਆ ਸੀ, ਤੁਸੀਂ ਉਹਦੇ ਚੰਦਨ ਦਾ ਤਿਲਕ ਲਾਇਆ, ਉਹਦੇ ਹੱਕ 'ਚ ਅਰਦਾਸ ਕਰੀ, ਉਹਨੂੰ 1,00,000 ਰੁਪਇਆ ਦਿੱਤਾ। ਮਹਾਰਾਜ ਕਹਿੰਦੇ ਕੋਰਾ ਝੂਠ ਹੈ, ਤੇਰਾ ਪੁੱਤਰ ਆਇਆ ਪੰਗਤ 'ਚ ਬਹਿ ਕੇ ਲੰਗਰ ਛਕ ਗਿਆ, ਇਸੇ ਪੰਗਤ ਵਿੱਚ ਤੇਰਾ ਪਿਓ ਲੰਗਰ ਛਕਦਾ ਰਿਹਾ। ਜੇ ਤੇਰਾ ਪੁੱਤਰ ਛਕ ਗਿਆ ਕੀ ਫਰਕ ਪੈ ਗਿਆ? ਰੁਪਈਆ ਮਹਾਰਾਜ ਕਹਿੰਦੇ ਕਿਸੇ ਰਾਜਨੀਤਿਕਾਂ ਨੂੰ ਦੇਣ ਵਾਸਤੇ ਨਹੀਂ, ਸਾਡੇ ਕੋਲੇ ਸੰਗਤਾਂ ਦੀ ਮਾਇਆ, ਸੰਗਤਾਂ ਤੇ ਖਰਚ ਹੁੰਦੀ ਹੈ। ਕਹਿੰਦਾ ਜੀ ਮੇਰੀਆਂ ਸ਼ਰਤਾਂ ਨੇ ਬਾਦਸ਼ਾਹ। ਕਹਿੰਦਾ ਮਹਾਰਾਜ ਕਹਿੰਦੇ ਦੱਸ। ਕਹਿਣ ਲੱਗਿਆ ਤੁਹਾਨੂੰ 2,00,000 ਜੁਰਮਾਨਾ ਭਰਨਾ ਪਊ। ਜੇ ਜੁਰਮਾਨਾ ਨਹੀਂ ਭਰਨਾ, ਜਿਹੜੀ ਤੁਸੀਂ ਬਾਣੀ ਰਚੀ ਹੈ ਸਾਡੇ ਪੈਗੰਬਰ ਦੀ ਤਾਰੀਫ ਲਿਖਦੇ ਹੋ, ਹਜ਼ਰਤ ਮੁਹੰਮਦ ਸਾਹਿਬ ਦੀ ਤਾਰੀਫ ਦੇ 2 ਸ਼ਬਦ ਲਿਖਦੇ ਹੋ, ਦੂਜੀ ਮੇਰੀ ਸ਼ਰਤ ਇਹ ਹੈ। ਤੀਜੀ ਸ਼ਰਤ ਇਹ ਆ ਵੀ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰੋ। ਜੇ ਤੁਸੀਂ ਮੇਰੀਆਂ 3 ਸ਼ਰਤਾਂ ਨਹੀਂ ਮੰਨੋਗੇ, ਚੌਥੀ ਸ਼ਰਤ ਆ ਇਸਲਾਮ ਕਬੂਲ ਕਰ ਲਓ, ਮੁਸਲਮਾਨ ਬਣ ਜਾਓ, ਤੁਹਾਨੂੰ ਵੱਡਾ ਪੀਰ ਕਰਕੇ ਮੰਨਾਂਗੇ ਅਸੀਂ ਸਾਰੇ। ਜੇ 4 ਸ਼ਰਤਾਂ ਨਹੀਂ ਮੰਨੋਗੇ, 5ਵੀਂ ਸ਼ਰਤ, ਫਿਰ ਤੁਹਾਨੂੰ ਮਰਨ ਵਾਸਤੇ ਤਿਆਰ ਰਹਿਣਾ ਚਾਹੀਦਾ। ਸਤਿਗੁਰੂ ਕਹਿੰਦੇ ਅਸੀਂ ਕੋਈ ਜੁਰਮਾਨਾ ਨਹੀਂ ਦੇਣਾ, ਅਸੀਂ ਕੋਈ ਗੁਨਾਹਗਾਰ ਹਾਂ ਵੀ ਤੈਨੂੰ ਜੁਰਮਾਨਾ ਭਰੀਏ? ਦੂਜੀ ਗੱਲ, ਹਜ਼ਰਤ ਮੁਹੰਮਦ ਦੀ ਤਾਰੀਫ ਮਤਲਬ ਇਹ ਨਹੀਂ, ਕਿਉਂਕਿ ਗੁਰਬਾਣੀ ਧੁਰੋਂ ਆਈ ਹੈ, ਇਹਦੇ 'ਚ ਬਾਅਦ ਘਾਟ ਨਹੀਂ ਹੋ ਸਕਦੀ, ਬਾਣੀ 'ਚ ਬਾਅਦ ਘਾਟ ਨਹੀਂ ਹੋ ਸਕਦੀ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਹੈ। ਬਾਣੀ 'ਚ ਨਹੀਂ ਅਸੀਂ ਕੁਝ ਵੀ ਲਿਖ ਸਕਦੇ, ਇਹ ਤਾਂ ਅਕਾਲ ਪੁਰਖ ਦੇ ਹੁਕਮ ਨਾਲ ਰਚਨਾ ਕੀਤੀ ਹੈ। ਇਹ ਕੋਈ ਕਵਿਤਾ ਥੋੜਾ ਵੀ 2 ਲਾਈਨਾਂ ਜੋੜ ਦਾਂਗੇ ਨਾਲ। ਤੀਜੀ ਗੱਲ, ਚੰਦੂ ਨੇ ਆਪਣੇ ਆਪ ਨੂੰ ਚਵਾਰੇ ਦੀ ਇੱਟ ਕਿਹਾ, ਗੁਰੂ ਘਰ ਨੂੰ ਮੋਰੀ ਕਿਹਾ, ਇਸ ਕਰਕੇ ਇਹਦੀ ਧੀ ਦਾ ਰਿਸ਼ਤਾ ਅਸੀਂ ਲੈ ਨਹੀਂ ਸਕਦੇ। ਜੇ ਅਸੀਂ ਇਸਲਾਮ ਧਾਰਨ ਕਰ ਲਈਏ ਕੀ ਫਿਰ ਮੌਤ ਨਹੀਂ ਆਊ? ਮਰਨਾ ਤਾਂ ਫਿਰ ਵੀ ਪੈਣਾ ਇੱਕ ਦਿਨ। ਜਿਹੜਾ ਆਪਣਾ ਧਰਮ ਛੱਡ ਕੇ ਮਰਦਾ ਨਰਕ 'ਚ ਜਾਂਦਾ, ਜਿਹੜਾ ਆਪਣੇ ਧਰਮ 'ਚ ਰਹਿ ਕੇ ਪ੍ਰਾਣ ਤਿਆਗਦਾ ਸੱਚਖੰਡ ਜਾਂਦਾ ਹੈ। ਅਸੀਂ ਧਰਮ ਨਹੀਂ ਤਿਆਗਣਾ? ਕਹਿੰਦਾ ਫਿਰ ਤਸੀਹੇ ਦਿੱਤੇ ਜਾਣਗੇ। ਮਹਾਰਾਜ ਕਹਿੰਦੇ ਦੇ ਲੈ ਜਿਹੜੇ ਤਸੀਹੇ ਦੇਣੇ ਨੇ। ਫਿਰ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਚੰਦੂ ਦੇ ਹਵਾਲੇ ਕਰਤਾ। ਚੰਦੂ ਉਹ ਹੁਣ ਆਪਣੀ ਹਵੇਲੀ 'ਚ ਲੈ ਗਿਆ, ਆਪਣੇ ਘਰ ਦੇ ਕੋਲੇ ਲਾਲ ਖੂਹ ਵਾਲੀ ਹਵੇਲੀ 'ਚ, ਨਾਲ ਕਾਜੀ ਹੈ। ਬਾਦਸ਼ਾਹ ਆਪ ਚਲਿਆ ਗਿਆ, ਚਲਾਕੀ ਵਰਤੀ ਬਾਦਸ਼ਾਹ ਨੇ, ਸਿੰਧ ਵੱਲ ਚਲਿਆ ਗਿਆ। ਆ ਦਿਨ ਜੇਠ ਦੀ 4 ਆ ਰਹੀ ਹੈ ਨਾ, 7 ਜੂਨ ਨੂੰ, ਕਿੰਨੀ ਗਰਮੀ ਪੈ ਰਹੀ ਹੈ। ਉੱਥੇ ਫਿਰ ਚੰਦੂ ਨੂੰ ਹੁਣ ਮਨਾਈਆਂ ਕਰਨ ਦਾ ਟਾਈਮ ਮਿਲ ਗਿਆ ਗੁਰੂ ਘਰ ਦੇ ਨਿੰਦਕਾਂ ਨੂੰ। ਚੰਦੂ ਨੇ ਸ਼ਰਤਾਂ ਦੁਬਾਰੇ ਕਿਹਾ ਵੀ ਮੰਨ ਲਓ, ਮਹਾਰਾਜ ਕਹਿੰਦੇ ਨਹੀਂ ਮੰਨਦੇ। ਫਿਰ ਚੰਦੂ ਨੇ ਕਿਹਾ ਚੰਗਾ 33 ਤਵੀ ਤੇ ਬੈਠੋ। 33 ਤਵੀ ਤੇ ਬਿਠਾਇਆ ਮਹਾਰਾਜ ਨੂੰ, ਪਹਿਲੇ ਦਿਨ ਲਾ ਲਿਆ ਥੱਲੇ। ਸਤਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ, ਕਹਿ ਰਹੇ ਆ ਜੈ ਬਸਾਲੇ ਤੈ ਬੈਸਵਾ ਸਵਾਮੀ, ਜੈ ਭੇਜੇ ਤੈ ਜਾਵਾਂ, ਸਭ ਨਗਰੀ ਮੈਂ ਇੱਕੋ ਰਾਜਾ, ਸਭ ਹੈ ਪਵਿੱਤ ਹੈ ਥਾਵਾਂ, ਸੱਚੇ ਪਾਤਸ਼ਾਹ ਹਰ ਜਗ੍ਹਾ ਤੇ ਤੇਰਾ ਵਸ ਹੈ।
ਦੂਸਰਾ ਦਿਨ ਚੜਿਆ, ਚੰਦੂ ਕਹਿੰਦਾ ਅਜੇ ਵੀ ਕੁਝ ਨਹੀਂ ਵਿਗੜਿਆ, ਮੰਨ ਲਓ ਸ਼ਰਤਾਂ। ਮਹਾਰਾਜ ਕਹਿੰਦੇ ਅਸੀਂ ਕੋਈ ਸ਼ਰਤ ਨਹੀਂ ਮੰਨਣੀ। ਦੂਸਰੇ ਦਿਨ ਤੱਤੀ ਤਵੀ ਤੇ ਬਿਠਾਇਆ ਤੇ ਉੱਪਰੋਂ ਗੁਰਦੱਤੇ ਪੜਪੁੰਜੇ ਤੋਂ ਤੱਤੇ ਰੇਤ ਦੇ ਕੜਛੇ ਪਵਾਏ, ਰੇਤ ਤੱਤੀ ਕਰਕੇ ਸੀਸ ਤੇ ਪਵਾਈ ਤੇ ਸਤਿਗੁਰੂ ਅਡੋਲ ਬੈਠੇ ਗੁਰਬਾਣੀ ਦਾ ਜਾਪ ਕਰ ਰਹੇ ਐ। ਥੱਲੇ ਲਾ ਲਿਆ ਸਾਰਾ ਪਰਿਵਾਰ, ਇੱਕੋ ਜਾਣੀ ਹੁੰਦਾ। ਚੰਦੂ ਦੀ ਜਿਹੜੀ ਨੂੰਹ ਸੀ ਗੁਰੂ ਮਹਾਰਾਜ ਦੀ ਸ਼ਰਧਾਲੂ ਸੀ, ਉਹ ਮਹਾਰਾਜ ਵਾਸਤੇ ਮਿਸਟਾਨ ਬਣਾ ਕੇ ਲੈ ਕੇ ਆਈ ਹੈ। ਮਿਸਟਾਨ ਦੁੱਧ ਚ ਪਾਣੀ ਪਾ ਕੇ ਜਿਹੜੀ ਆ ਛਬੀਲ ਲੱਗਦੀ ਹੈ, ਛਬੀਲ ਕਿੱਥੋਂ ਚੱਲੀ ਹੈ, ਇਹ ਚੰਦੂ ਦੀ ਨੂੰਹ ਲੈ ਕੇ ਆਈ ਸੀ ਮਹਾਰਾਜ ਵਾਸਤੇ ਬਣਾ ਕੇ। ਮਿੱਠਾ ਦੁੱਧ ਵਿੱਚ ਪਾਣੀ ਪਾ ਕੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਸਤਿਗੁਰਾਂ ਦੇ ਕੋਲੇ ਆਈ, ਧਾਹਾਂ ਮਾਰ ਕੇ ਰੋ ਪਈ ਕਿ ਮੇਰਾ ਸਹੁਰਾ ਇਹ ਜੋ ਕਰ ਰਿਹਾ ਠੀਕ ਨਹੀਂ ਕਰ ਰਿਹਾ, ਸਾਡੀ ਤਾਂ ਕੁੱਲ ਤਬਾਹ ਹੋ ਜੂ, ਸਾਡਾ ਭਲਾ ਕਿੱਥੇ ਹੋਵੇਗਾ। ਮਹਾਰਾਜ ਕਹਿੰਦੇ ਬੇਟਾ ਜਿਹੜਾ ਕਰੂਗਾ ਭਰੂਗਾ, ਇਹ ਕਲਯੁਗ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਇਹ ਤਾਂ ਅਕਾਲ ਪੁਰਖ ਦੀ ਖੇਡ ਹੈ, ਤੇਰੇ ਸਹੁਰੇ ਚ ਕੀ ਤਾਕਤ ਹੈ ਸਾਨੂੰ ਤੱਤੀ ਤਵੀ ਤੇ ਬਿਠਾ ਲਵੇ। ਕਿਸੇ ਚ ਤਾਕਤ ਨਹੀਂ ਸੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਉਣ ਦੀ, ਇਹ ਤਾਂ ਸਤਿਗੁਰਾਂ ਨੇ ਖੇਡ ਰਚਾਈ ਸੀ। ਤੇ ਫਿਰ ਕਹਿਣ ਲੱਗੇ ਮਹਾਰਾਜ ਜੀ ਆਪ ਜੀ ਮੈਂ ਦੁੱਧ ਚ ਪਾਣੀ ਪਾ ਕੇ ਠੰਡਾ ਕਰਕੇ ਲੈ ਕੇ ਆਈਆਂ, ਛਕ ਲਓ। ਸਤਿਗੁਰੂ ਕਹਿੰਦੇ ਅਸੀਂ ਦੁਸ਼ਟ ਦੇ ਘਰ ਦਾ ਨਹੀਂ ਛਕਣਾ, ਅਸੀਂ ਛਕਣਾ ਨਹੀਂ, ਪਰ ਇੱਕ ਵਰ ਦਿੰਦੇ ਹਾਂ, ਜਦੋਂ ਸਾਡੀ ਸ਼ਹੀਦੀ ਦਾ ਦਿਨ ਆਇਆ ਕਰੂ ਇਉਂ ਛਬੀਲਾਂ ਲੱਗਿਆ ਕਰਨਗੀਆਂ। ਕਹਿਣ ਲੱਗੀ ਹੁਣ ਜੇ ਮੈਂ ਪੇਕੀ ਜਾਂਦੀ ਹਾਂ ਪੇਕਿਆਂ ਦੀ ਬਦਨਾਮੀ ਹੈ, ਕਿਰਪਾ ਕਰੋ ਮੈਨੂੰ ਨਾਲ ਹੀ ਲੈ ਚੱਲੋ, ਮੈਂ ਇਸ ਘਰੇ ਨਹੀਂ ਰਹਿਣਾ ਹੁਣ। ਮਹਾਰਾਜ ਕਹਿੰਦੇ ਜਦੋਂ ਅਸੀਂ ਸੱਚਖੰਡ ਚਲੇ ਗਏ ਦੋ ਦਿਨਾਂ ਬਾਅਦ ਤੂੰ ਆ ਜਾਵੀ, ਮਾਗਰੇ ਆ ਜਾਏਂਗੀ ਤੂੰ। ਉਹ ਬੀਬਾ ਰੋਂਦੀ ਕਰਲਾਉਂਦੀ ਵਾਪਸ ਮੁੜੀ ਤੇ ਫਿਰ ਅਗਲੇ ਦਿਨ ਮਹਾਰਾਜ ਨੂੰ ਜਿਵੇਂ ਆਪਾਂ ਆਲੂ ਉਬਾਲਦੇ ਹਾਂ ਨਾ, ਦੇਗ ਦੇ ਉਬਲਦੇ ਪਾਣੀ ਚ ਬਿਠਾਇਆ ਤੇ ਸਤਿਗੁਰਾਂ ਦਾ ਸਰੀਰ ਛਲਣੀ ਛਲਣੀ ਹੋ ਗਿਆ, ਕਿਉਂਕਿ ਸਰੀਰ ਦੀ ਮਰਿਆਦਾ ਹੈ। ਸਰੀਰ ਪੰਜ ਤੱਤਾਂ ਦਾ ਹੀ ਬਣਿਆ ਹੁੰਦਾ ਸਭ ਦਾ, ਚਾਹੇ ਬ੍ਰਹਮ ਗਿਆਨੀ ਹੈ ਚਾਹੇ ਕੋਈ ਆਮ ਹੈ। ਜਦੋਂ ਤੱਤੀ ਤਵੀ ਤੇ ਗੁਰੂ ਸਾਹਿਬ ਨੂੰ ਬਿਠਾਇਆ ਤਾਂ ਸਾਈਂ ਮੀਆਂ ਮੀਰ ਜੀ ਆਏ ਸੀਗੇ। ਸਾਈਂ ਮੀਆਂ ਮੀਰ ਜੀ ਮਹਾਰਾਜ ਦੇ ਆਤਮਕ ਮਿੱਤਰ ਸੀ, ਬ੍ਰਹਮ ਗਿਆਨੀ ਸੀ, ਜਿਨ੍ਹਾਂ ਦੇ ਕੋਲੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ। ਇੱਕ ਵਾਰੀ ਜਦੋਂ ਗੁਰੂ ਅਰਜਨ ਦੇਵ ਸੁਖਮਨੀ ਸਾਹਿਬ ਦੀ ਬਾਣੀ ਉਚਾਰਦੇ ਸੀ, ਮਹਾਰਾਜ ਨੇ ਬਾਣੀ ਉਚਾਰੀ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਤੈਸਾ ਮਾਣ ਤੈਸਾ ਵਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਇਆ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਤੇ ਸਾਈਂ ਮੀਆਂ ਮੀਰ ਜੀ ਜਦੋਂ ਆਏ ਕਹਿਣ ਲੱਗੇ ਮਹਾਰਾਜ ਤੁਸੀਂ ਜੀਵਨ ਮੁਕਤ ਮਹਾਂਪੁਰਖ ਦੀਆਂ ਨਿਸ਼ਾਨੀਆਂ ਦੱਸੀਆਂ ਨੇ, ਐਡੀ ਵੱਡੀ ਉੱਚੀ ਅਵਸਥਾ ਕਿਸੇ ਦੀ ਹੋ ਸਕਦੀ ਹੈ, ਜਿਹੜਾ ਹਰਖ ਸੋਗ ਦੇ ਵਿੱਚ ਇੱਕੋ ਜਿਹਾ ਰਹੇ, ਜਿਹੜਾ ਜ਼ਹਿਰ ਤੇ ਅੰਮ੍ਰਿਤ ਨੂੰ ਇੱਕ ਸਮਾਨ ਸਮਝੇ, ਜਿਹਨੂੰ ਆਦਰ ਨਿਰਾਦਰ ਦਾ ਕੋਈ ਫਰਕ ਨਾ ਪਵੇ। ਮਹਾਰਾਜ ਕਹਿੰਦੇ ਸਮਾਂ ਪੈਣ ਤੇ ਜਵਾਬ ਦੇਵਾਂਗੇ। ਜਦੋਂ ਸਾਈਂ ਮੀਆਂ ਮੀਰ ਜੀ ਆਏ
ਤਾਹਾਂ ਮਾਰ ਕੇ ਰੋ ਪਏ। ਕਹਿਣ ਲੱਗੇ ਐਡੀਆਂ ਸ਼ਕਤੀਆਂ ਦੇ ਤੁਸੀਂ ਮਾਲਕ, ਮੈਨੂੰ ਆਗਿਆ ਦਿਓ ਦਿੱਲੀ ਤੇ ਲਾਹੌਰ ਦੀ ਇੱਟ ਨਾ ਇੱਟ ਕਰ ਦਿੰਨਾ। ਸਤਿਗੁਰੂ ਮਹਾਰਾਜ ਕਹਿੰਦੇ ਸਾਈਂ ਜੀ ਆਕਾਸ਼ ਵੱਲ ਨਿਗਾਹ ਮਾਰੋ। ਜਦੋਂ ਆਕਾਸ਼ ਵੱਲ ਨਿਗਾਹ ਮਾਰੀ 33 ਕਰੋੜ ਦੇਵਤਾ, ਨੌ ਨਾਥ, 84 ਸਿੱਧ, 52 ਵੀਰ, ਸਾਰੀਆਂ ਸ਼ਕਤੀਆਂ ਹੱਥ ਬੰਨੀ ਖੜੀਆਂ ਨੇ ਤੇ ਗੁਰੂ ਅਰਜਨ ਦੇਵ ਤੋਂ ਆਗਿਆ ਮੰਗ ਰਹੀਆਂ, ਆਗਿਆ ਮੰਗ ਰਹੀਆਂ ਨੇ ਵੀ ਗੁਰੂ ਜੀ ਆਗਿਆ ਦਿਓ, ਕਿਉਂ ਇੰਨੇ ਤਸੀਹੇ ਝੱਲੀ ਜਾਂਦੇ ਹੋ। ਇੱਕ ਛਿਣ ਚ ਬਾਦਸ਼ਾਹ ਨੂੰ ਉਡਾ ਦਿੰਦੇ ਹਾਂ ਅਸੀਂ ਮਹਾਰਾਜ। ਜਦੋਂ ਸਾਈਂ ਮੀਆਂ ਮੀਰ ਜੀ ਨੇ ਹੱਥ ਜੋੜ ਲਏ, ਸਤਿਗੁਰੂ ਕਹਿੰਦੇ ਮਿੱਤਰਾ ਦੇਖ ਲਿਆ ਕਿੰਨੀਆਂ ਸ਼ਕਤੀਆਂ ਹੱਥ ਬੰਨੀ ਖੜੀਆਂ ਨੇ, ਅਸੀਂ ਤਾਂ ਉਹਨਾਂ ਨੂੰ ਆਗਿਆ ਨਹੀਂ ਦਿੱਤੀ, ਤੈਨੂੰ ਕਿਵੇਂ ਆਗਿਆ ਦੇ ਦਈਏ, ਭਾਣਾ ਮੰਨ। ਸਾਈਂ ਮੀਆਂ ਮੀਰ ਜੀ ਤੁਸੀਂ ਜਦੋਂ ਅਸੀਂ ਬਾਣੀ ਉਚਾਰਦੇ ਸੀ ਤੁਸੀਂ ਪ੍ਰਸ਼ਨ ਕੀਤਾ ਸੀ ਕਿ ਤੁਸੀਂ ਜੋ ਬਾਣੀ ਚ ਲਿਖਿਆ ਹੈ ਬ੍ਰਹਮ ਗਿਆਨੀ ਏਦਾਂ ਦਾ ਹੁੰਦਾ, ਇਹ ਅਵਸਥਾ ਹੋ ਸਕਦੀ ਹੈ ਕਿਸੇ ਦੀ ਇੰਨੀ ਉੱਚੀ? ਤੁਹਾਨੂੰ ਅਸੀਂ ਕਿਹਾ ਸੀ ਸਮਾਂ ਪੈਣ ਤੇ ਅਰਥ ਸਿੱਧ ਕਰਾਂਗੇ, ਅੱਜ ਅਰਥ ਸਿੱਧ ਹੋ ਰਹੇ ਹੈ। ਦੇਖ ਲਓ ਤੁਹਾਡੇ ਸਾਹਮਣੇ ਆ, ਕੋਈ ਫਰਕ ਪਿਆ ਸਾਨੂੰ? ਸਰੀਰ ਦੀ ਤਾਂ ਇੱਕ ਮਰਿਆਦਾ ਹੈ, ਸਰੀਰ ਤੇ ਛਾਲੇ ਹੋ ਰਹੇ ਹੈ, ਪਰ ਸਾਡਾ ਮਨ ਚੜ੍ਹਦੀ ਕਲਾ ਚ ਉਹ ਨਮਸਕਾਰ ਕਰਕੇ ਸਾਈਂ ਜੀ ਚਲੇ ਗਏ। ਬਸ ਫਿਰ ਜਦੋਂ ਮਹਾਰਾਜ ਨੂੰ ਦੇਗੇ ਚ ਉਬਾਲਿਆ, ਸਰੀਰ ਤੇ ਛਲਣੀ ਛਲਣੀ ਹੋ ਗਿਆ, ਫਿਰ ਆ ਜਿਹੜੀ 7 ਜੂਨ ਆ ਰਹੀ ਹੈ ਇਹ ਦਿਨ, ਸੱਚੇ ਪਾਤਸ਼ਾਹ ਨੇ ਫਿਰ ਸੂਰਜ ਕਿਰਨ ਮਿਲੀ, ਜਲਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਧਰਮ ਦੀ ਮਰਿਆਦਾ ਕਾਇਮ ਰੱਖਣ ਵਾਸਤੇ ਆਪਣੀ ਸ਼ਹਾਦਤ ਦਿੱਤੀ। ਮਹਾਰਾਜ ਜੀ ਜੋਤੀ ਜੋਤ ਆਪਣੀ ਜੋਤ ਨੂੰ ਮਹਾ ਜੋਤੀ ਚ ਰਲਾ ਗਏ, ਸ਼ਹੀਦੀ ਪ੍ਰਾਪਤ ਕਰ ਗਏ ਸਤਿਗੁਰੂ ਜੀ। ਉਹ ਪਿਆਰੇ ਸੂਰਜ ਕਿਰਨ ਮਿਲੀ, ਜੋਤ ਵਿੱਚ ਜੋਤ ਰਲ ਗਈ, ਅੱਜ ਸੂਰਜ ਕਿਰਨ ਮਿਲੀ, ਜੋਤ ਨਾਲ ਜੋਤ ਰਲ ਗਈ, ਜਲਕਾ ਜਲ ਹੋਊਗਾ ਰਾਮ।
ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਫਿਰ ਮਹਾਰਾਜ ਦੇ ਸਰੀਰ ਦਾ ਸੰਸਕਾਰ ਕਰਕੇ ਰਾਵੀ ਦਰਿਆ ਚ ਰਾਖ ਨੂੰ ਰੋੜ ਦਿੱਤਾ ਗਿਆ ਸੀ। ਗੁਰਦੁਆਰਾ ਜਿੱਥੇ ਡੇਰਾ ਸਾਹਿਬ ਹੈ ਲਾਹੌਰ, ਉੱਥੇ ਸ਼ਹਾਦਤ ਹੋਈ। ਗੁਰੂ ਸਾਹਿਬ ਨੇ ਧਰਮ ਦੀ ਮਰਿਆਦਾ ਕਾਇਮ ਰੱਖਣ ਵਾਸਤੇ ਸ਼ਹੀਦੀ ਦਿੱਤੀ। ਜਦੋਂ ਖਬਰ ਅੰਮ੍ਰਿਤਸਰ ਪਹੁੰਚੀ ਹੈ ਉਦੋਂ 11 ਸਾਲਾਂ ਦੀ ਉਮਰ ਸੀ, 11 ਸਾਲਾਂ ਦੀ ਛੇਵੇਂ ਪਾਤਸ਼ਾਹ ਦੀ। ਛੇਵੇਂ ਪਾਤਸ਼ਾਹ ਨੇ ਬਹੁਤ ਵੱਡੀ ਕਸਮ ਖਾਧੀ, ਕਹਿੰਦੇ ਜਿੰਨੇ ਦੁਨੀਆਂ ਦੇ ਪਾਪੀ ਬੰਦੇ ਨੇ, ਕੁੜੀ ਮਾਰ, ਨੜੀ ਵਾਰ, ਬੇਸ਼ਵਾ ਗਾਮੀ, ਸਾਰਿਆਂ ਦੇ ਪਾਪ ਮੈਨੂੰ ਲੱਗਣ ਜੇ ਜ਼ਾਲਮ ਹਕੂਮਤ ਤੋਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਨਾ ਲਵਾਵਾਂ, ਜੇ ਮੈਂ ਚੰਦੂ ਦੇ ਨੱਕ 'ਚ ਨਕੇਲ ਨਾ ਪਾਵਾਂ। ਇਹ ਬਦਲਾ ਲਿਆ, ਢਾਡੀ ਵਾਰਾਂ ਅਕਾਲ ਤਖ਼ਤ ਦੀ ਰਚਨਾ ਕੀਤੀ, ਅਕਾਲ ਤਖ਼ਤ, ਅਕਾਲ ਦਾ ਤਖ਼ਤ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਛੇਵੇਂ ਪਾਤਸ਼ਾਹ ਨੇ। ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਕਿਉਂ ਬਣਾਇਆ ਕਿ ਹਰਿਮੰਦਰ 'ਚ ਬੈਠਾ ਮੇਰਾ ਸਿੱਖ ਕੀਰਤਨ ਕਰੇ ਤੇ ਅਕਾਲ ਤਖ਼ਤ 'ਤੇ ਮੇਰਾ ਸਿੱਖ ਆਪਣੀ ਸਿਆਸਤ ਕਰੇ, ਪਰ ਸ਼ਰਤ ਇਹ ਹੈ ਧਰਮ ਨੂੰ ਅੱਗੇ ਰੱਖ ਕੇ ਸਿਆਸਤ ਕਰੇ। ਅੱਜ ਦੇ ਸਮੇਂ 'ਚ ਧਰਮ ਪੈਰਾਂ 'ਚ ਰੋਲਤਾ ਤੇ ਸਿਆਸਤ ਪ੍ਰਧਾਨ ਕਰੀ ਹੋਈ ਹੈ। ਧਰਮ ਅੱਗੇ ਰੱਖ ਕੇ ਸਿਆਸਤ ਕਰੇਗਾ ਜਿਹੜਾ, ਉਹਦੀ ਚੜ੍ਹਦੀ ਕਲਾ ਹੋਵੇਗੀ। ਆਓ, ਐਸਾ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਸ਼ਸਤਰ ਆ ਗਏ ਛੇਵੇਂ ਜਾਮੇ 'ਚ, ਆ ਕਿਰਪਾਨ ਛੇਵੇਂ ਜਾਮੇ 'ਚ ਆ ਗਈ ਸੀ ਸਿੱਖਾਂ ਦੇ ਕੋਲੇ, ਪਰ ਲਾ ਕੇ ਜੰਗ ਕਰਕੇ ਰੱਖ ਲਿਆ ਕਰਦੇ ਸੀ। ਪਰ ਜਿਹੜੀ ਇਹਦੀ ਪਰਪੱਕਤਾ ਕਰਾਈ ਆ 10ਵੇਂ ਜਾਮੇ 'ਚ ਕਰਾਈ ਹੈ ਕਿ ਜਦੋਂ ਸਿੱਖ ਚੜ੍ਹਾਈ ਵੀ ਕਰ ਜਾਵੇ ਤਾਂ ਵੀ ਨਹੀਂ ਲਾਉਣੀ, ਨਾਲੇ ਕਬਰਸਥਾਨ ਤੱਕ ਨਾਲੇ ਸੰਸਕਾਰ ਕਰਨਾ, ਆਤਮਾ ਦਾ ਅੰਗ ਹੈ ਕਿਰਪਾਨ। ਸਾਧ ਸੰਗਤ, ਫਿਰ ਸਿੱਖਾਂ ਦੇ ਵਿੱਚ ਜੋਸ਼ ਕਿਵੇਂ ਭਰੇ ਇਹ ਸੋਚਿਆ ਮਹਾਰਾਜ ਨੇ। ਫਿਰ ਸੁਰ ਸਿੰਘ ਵਾਲਾ ਪਿੰਡ, ਬਾਬਾ ਵਿਧੀ ਚੰਦ ਦਾ ਪਿੰਡ ਹੈ ਸੁਰ ਸਿੰਘ ਵਾਲਾ, ਪਾਕਿਸਤਾਨ ਦੇ ਇਹ ਬਾਰਡਰ ਤੇ ਪੈਂਦਾ, ਅੰਮ੍ਰਿਤਸਰ ਤੋਂ ਪਰੇ। ਉੱਥੋਂ ਦੇ ਢਾਡੀ ਅਬਦੁੱਲਾ ਤੇ ਨੱਥਾ ਤੇ ਅਬਦੁੱਲਾ, ਇਹ ਦੋ ਢਾਡੀ ਆਏ। ਨੱਥਾ ਤੇ ਅਬਦੁੱਲਾ ਸਿੱਖ ਕੌਮ ਦੇ ਪਹਿਲੇ ਢਾਡੀ ਹੋਏ ਹੈ। ਫਿਰ ਮਹਾਰਾਜ ਨੇ ਕਿਹਾ 12 ਗਾਓ। ਹੁਣ ਵੀ ਜਦੋਂ ਢਾਡੀ 12 ਗਾਉਂਦੇ ਆ ਲੂੰ ਕੰਡੇ ਖੜੇ ਹੋ ਜਾਂਦੇ ਆ, ਜੋਸ਼ ਆਉਂਦਾ ਹੈ ਸਿੱਖਾਂ 'ਚ ਜੋਸ਼ ਭਰਨ ਵਾਸਤੇ। ਸ਼ਾਮ ਨੂੰ 12 ਸੁਣਾਉਂਦੇ, ਅੱਜ ਵੀ ਅਕਾਲ ਤਖ਼ਤ ਤੇ ਢਾਡੀ 12 ਗਾਉਂਦੇ ਆ ਰੋਜ਼ਾਨਾ। ਇਹ ਮਰਿਆਦਾ ਉਦੋਂ ਦੀ ਚੱਲੀ ਆ ਰਹੀ ਆ। ਛੇਵੇਂ ਪਾਤਸ਼ਾਹ ਨੇ ਐਸਾ, ਫਿਰ ਜਹਾਂਗੀਰ ਨੂੰ ਫਿਰ ਪਤਾ ਲੱਗ ਗਿਆ, ਥਰ ਥਰ ਕੰਬਦਾ ਹੁਣ ਕਿਉਂਕਿ ਸ਼ਸਤਰ ਚੱਕ ਲਏ। ਜ਼ਾਲਮ ਜਿਹੜਾ ਵਿਗੜਿਆ ਬੰਦਾ ਡੰਡੇ ਜਾਂ ਟੰਬੇ ਬਿਨਾਂ ਠੀਕ ਨਹੀਂ ਆਉਂਦਾ। ਹੁਣ ਜਦੋਂ ਪਤਾ ਲੱਗ ਗਿਆ ਵੀ ਸਿੱਖਾਂ ਨੇ ਸ਼ਾਸਤਰ ਚੱਕ ਲਏ, ਹੁਣ ਜਹਾਂਗੀਰ ਥਰ ਥਰ ਕੰਬਦਾ ਹੈ, ਛੇਵੇਂ ਪਾਤਸ਼ਾਹ ਤੋਂ ਡਰਦਾ ਹੈ, ਪਛਤਾਉਂਦਾ ਹੈ। ਫਿਰ ਸੱਚਮੁੱਚ ਚੰਦੂ ਦੇ ਨੱਕ 'ਚ ਨਕੇਲ ਪਾਈ ਛੇਵੇਂ ਪਾਤਸ਼ਾਹ ਨੇ, ਲਾਹੌਰ ਦੇ ਬਾਜ਼ਾਰਾਂ 'ਚ ਘਸੀਟਿਆ, ਜੋ ਕਿਹਾ ਉਹ ਕਰ ਵਿਖਾਇਆ। ਆਓ, ਸ਼ਹੀਦਾਂ ਦਾ ਜਦੋਂ ਖੂਨ ਡੁੱਲਦਾ ਹੈ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਈ, ਖੂਨ ਡੁੱਲਿਆ ਤੇ ਫਿਰ ਇਹ ਸ਼ਸਤਰ ਚੱਕੇ ਨਾ। ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾ, ਤਸਵੀਰ ਬਦਲਦੀ ਕੌਮਾਂ ਦੀ। ਸ਼ਹੀਦਾਂ ਦਾ ਡੁੱਲਿਆ ਖੂਨ ਕਦੇ ਅਜਾਈ ਨਹੀਂ ਜਾਂਦਾ। ਆਓ, ਗੁਰੂ ਸਾਹਿਬ ਦੇ ਅਤੇ ਮਹਾਂਪੁਰਖਾਂ ਦੇ ਸ਼ਹੀਦੀ ਦਿਹਾੜੇ ਤੋਂ ਪ੍ਰੇਰਨਾ ਲਈਏ, ਬਾਣੀ ਬਾਣੇ ਦੇ ਧਾਰਨੀ ਹੋਈਏ,
ਸਤਿਗੁਰੂ ਕਿਰਪਾ ਕਰਨ, ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ। ਅਗਲੀ ਜੋ ਮੱਸਿਆ ਹੈ ਉਹ 2 ਜੁਲਾਈ ਦੀ ਹੈ, ਮੌਸਮ ਵੀ ਥੋੜ੍ਹਾ ਠੀਕ ਹੋ ਜਾਣਾ। ਅਗਲੀ ਮੱਸਿਆ 2 ਜੁਲਾਈ ਦੀ ਹੈ, 2 ਜੁਲਾਈ ਨੂੰ ਵੱਧ ਚੜ੍ਹ ਕੇ ਸੰਗਤਾਂ ਨੇ ਲਾਹੇ ਲੈਣੇ। ਸਾਰੀਆਂ ਸੰਗਤਾਂ ਦਾ ਧੰਨਵਾਦ। ਆਵਾਜ਼ੇ ਕੌਮ ਟੀਵੀ ਜਿਹੜਾ ਇਹ ਤੇ ਲਾਈਵ ਚੱਲਦਾ ਪੂਰੇ ਵਰਲਡ ਦੇ ਵਿੱਚ, ਆਵਾਜ਼ੇ ਕੌਮ ਵਾਲਿਆਂ ਦਾ ਵੀ ਧੰਨਵਾਦ, ਜਿਹੜੇ ਸੱਜਣ ਬੜਾ ਪਿਆਰ ਕਰਦੇ ਆ। ਸਰਦਾਰ ਰਘਵੀਰ ਸਿੰਘ UK ਇੰਗਲੈਂਡ, ਜਦੋਂ ਇੰਗਲੈਂਡ ਅਸੀਂ ਜਾਂਦੇ ਹਾਂ ਨਾਲ ਹੀ ਹੁੰਦੇ ਨੇ ਸੇਵਾ ਦੇ ਵਿੱਚ ਹਾਜ਼ਰ, ਜਿੱਥੇ ਦੀਵਾਨ ਲਾਉਣੇ, ਗੁਰਦੁਆਰੇ ਕਥਾ ਕਰਨੀ, ਆਪ ਗੱਡੀ 'ਚ ਲੈ ਕੇ ਜਾਣਾ ਛੱਡ ਕੇ, ਬੜੀ ਖੇਚਲਾ। ਉਹਨਾਂ ਗੁਰਮੁਖਾਂ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਹੁਣ ਸਮਾਂ ਹੋ ਲਿਆ, ਆਨੰਦ ਸਾਹਿਬ ਦਾ ਪਾਠ ਕਰੀਏ, 6 ਪੌੜੀਆਂ ਦਾ, ਉਸ ਤੋਂ ਬਾਅਦ ਅਰਦਾਸ ਭਚੰਗੀ ਸਿੰਘ ਭਾਈ ਹਰਮਨਜੋਤ ਸਿੰਘ ਕਰਨਗੇ, ਫਿਰ ਹੁਕਮਨਾਮੇ। ਸਰਬਜੀਤ ਸਿੰਘ ਬੈਠੇ ਹੈ, ਹੁਕਮਨਾਮੇ ਲੈਣਗੇ। 2 ਜੁਲਾਈ ਨੂੰ ਵੱਧ ਚੜ੍ਹ ਕੇ ਸੰਗਤਾਂ ਨੇ ਹਾਜ਼ਰੀ ਭਰਨੀ ਹੈ। 6 ਜੂਨ ਨੂੰ ਸੰਤ ਭਿੰਡਰਾਂ ਵਾਲਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ ਅਕਾਲ ਤਖ਼ਤ ਤੇ, ਫਿਰ ਮਹਿਤਾ ਚੌਂਕ ਉੱਥੇ ਜਾ ਰਹੇ ਹਾਂ ਅਸੀਂ ਜਥੇ ਨਾਲ। ਆਓ ਹੁਣ ਆਪਾਂ ਆਨੰਦ ਸਾਹਿਬ ਦਾ ਜਾਪ, ਜੋ ਤੁਸੀਂ ਪੈਸੇ ਰੱਖਦੇ ਹੋ, ਮਾਇਆ ਰੱਖਦੇ ਹੋ, ਇਹ ਲੰਗਰ ਦੇ ਵਿੱਚ ਲੱਗਦੀ ਹੈ, 24 ਘੰਟੇ ਲੰਗਰ ਚੱਲਦਾ ਰਹਿੰਦਾ। ਉਹ ਗੁਰਦੁਆਰਾ ਅਸਲ ਹੁੰਦਾ ਜਿੱਥੋਂ ਕੋਈ ਭੁੱਖਾ ਨਾ ਜਾਵੇ, ਜਿਸ ਜਗ੍ਹਾ 'ਚੋਂ ਭੁੱਖਾ ਚਲਿਆ ਗਿਆ ਉਹ ਕਾਹਦਾ ਗੁਰੂ ਘਰ ਹੈ। ਸਿੰਘ ਜਿਹੜੇ ਨੇ ਗਜਾ ਵੀ ਕਰਦੇ ਨੇ ਪਿੰਡਾਂ 'ਚ, ਇਸ ਕਰਕੇ ਵੱਧ ਤੋਂ ਵੱਧ ਗਜਾ ਦਿਆ ਕਰੋ। 6ਵੇਂ ਮਹੀਨੇ ਫਸਲ ਆਉਂਦੀ ਹੈ, ਆਪ ਵੱਧ ਤੋਂ ਵੱਧ ਫਸਲ ਜਿਹੜੀ ਆ ਦਿਆ ਕਰੋ, ਲੰਗਰਾਂ 'ਚ ਲੱਗਦੀ ਆ ਸੇਵਾ 'ਚ। ਆਓ ਹੁਣ ਆਪਾਂ ਆਨੰਦ ਸਾਹਿਬ ਦਾ ਪਾਠ ਕਰੀਏ। ਸਾਰੀਆਂ ਸੰਗਤਾਂ ਜਿੰਨਾ ਹੋ ਸਕਦਾ ਹੈ ਲੰਗਰਾਂ ਦੇ ਵਿੱਚ ਹਿੱਸਾ ਪਾ ਕੇ ਜਾਇਓ। ਆਓ ਜੀ ਆਨੰਦ ਸਾਹਿਬ ਦਾ ਪਾਠ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ। ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸੱਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ, ਸਦਾ
ਵਿਆਹ ਕੁਰਬਾਨ ਕੀਤਾ, ਗੁਰੂ ਇੱਕ ਹੋਣ ਦਿੱਤੀਆਂ ਇਹ ਵਡਿਆਈਆਂ। ਸ਼ਬਦ ਤੇ ਟਕਾਰ ਸੁਭਾਗਰ ਸੁਭਾਗਰ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ। ਗੁਰ ਕਰਮ ਪਾਇਆ ਗੁਰ ਜਿਨ ਕੋਸੇ, ਨਾਮ ਹਰ ਕੇ ਲਾਗੇ ਲੰਗ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ ਰੂਪ ਰੋਸ਼ਨ ਤਾਪ ਉਤਰੇ, ਸੁਣੀ ਸੱਚੀ ਬਾਣੀ ਸੁਣ ਕੇ ਪੁਨੀਤ ਕਹਿ ਕੇ ਪਵਿੱਤ ਸਤਿਗੁਰ ਰਿਹਾ ਪਰ ਪੂਰੇ ਤਰਤ ਮਹਾਈਆਂ ਬੁਰਿਆਈਆਂ ਬਾਚੇ ਧਰਮ ਹਜ਼ੂਰ ਜਿੰਨੀ ਨਾਮ ਤੇ ਆਇਆ ਜਮ ਸ਼ਕਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਠਾ ਕਰ ਤੁਮ ਪੈਰ ਭਗਵੰਤ ਸਗਲ ਸੰਗਰੀ ਤੁਮ ਰੀ ਤੁਮ ਚੇ ਸੋ ਆਗਿਆਕਾਰੀ ਮੇਰੀ ਗਾਥ ਮਿਤ ਨਾਨਕ ਦਾਸ ਸਦਾ ਕੁਰਬਾਨੀ ਤੁਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ ਵਾਹਿਗੁਰੂ 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 ਦਾਸ ਜਿਨੇ ਤਾਪਨ ਵਰਨ ਹਰਾ ਦੁਖਨ ਦਾਸ ਗ੍ਰਾਸ ਤਾ ਕੋ ਵਿਗਨ ਕਉ ਨ ਲਾਗੈ ਜਾ ਕੀ ਪ੍ਰਭਾ ਕੀ ਅਰਦਾਸ ਅਰਦਾਸ ਚੰਕਾਰ ਸਿ ਵਾਹਿਗੁਰੂ ਜੀ ਕੀ ਫਤਿਹ ਹੈ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸ ਵੀ ਪ੍ਰਤਮਾ ਭਗਵਤੀ ਸਿਮਰਖੈ ਗੁਰ ਨਾਨਕ ਲਈ ਦਿਆ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਠੈ ਸਭ ਦੁਖ ਜਾਇ ਏਕ ਬਹਾਦਰ ਸਿਮਰੀ ਹੈ ਖਰੇ ਨਾਮ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਇ
ਦਸਮ ਪਿਤਾ ਸਹਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਤਸਾ ਪਾਤਸ਼ਾਹ ਜਾਗਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਬੋਲੋ ਜੀ ਹਜ਼ੂਰ ਦੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਬੋਲੋ ਜੀ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਬੋਲੋ ਗੁਰਦੁਆਰਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਬੋਲੋ ਜੀ ਪ੍ਰਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤੇ ਆਵੇ ਜਿਤੇ ਆਵਣ ਦਾ ਸਭ ਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਸ਼ਰਾਇਤ ਤੇਗ ਤੇਗ ਫਤਿਹ ਬ੍ਰਿਧ ਕੀ ਪੈਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬੋਲੋ ਜੀ ਹੇ ਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਜੋਦਰੀ ਹੈ ਮਹਾਰਾਜ ਜੀ ਹੋ ਜੂਨ 84 ਦੇ ਸਮੂਹ ਸ਼ਹੀਦਾ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਸ਼ਬਦ ਪ੍ਰਕਾਸ਼ ਕੁੜਕੀ ਸਾਹਿਬ ਵਿਖੇ ਦੀਵਾਨ ਸਜਾਏ ਗਏ ਸਰੇ ਦੀਵਾਨਾਂ ਵਿੱਚ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਕਥਾ ਪ੍ਰਚਾਰ ਕਰਨ ਦੀ ਬਲਬੁੱਧੀ ਬਖਸ਼ਣਾ ਮਹਾਰਾਜ ਜੀ ਹੋ ਆਪ ਜੀ ਦੇ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸੰਗਤ ਕੇ ਹਾਜ਼ਰ ਹੈ ਆਪ ਜੀ ਭੋਗ ਲਾਓ ਦਾ ਲੋਕ ਕੰਮ ਕਰੋ ਦਿਹਰ ਦੋਬ ਮੋਬਿਨ ਸਜਾਏ ਮੇਵਾ ਨਾਨਕ ਰੱਬ ਸਰਨਾਗ ਜੀ ਘਰ ਪ੍ਰਸਾਦ ਗੁਰਦੇਵ ਅਨੇਕ ਪ੍ਰਕਾਰ ਭੋਜਨ ਭੋਗੀਏ ਬਵੰਜਨ ਮਿਸ਼ਟਾਏ ਕਈ ਪਾਤਸ਼ਾਹੀ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਸਜੇ ਪਾਸ਼ਾ ਮਹਾਰਾਜ ਜੀ ਆਪ ਜੀ ਜੋ ਵਸਤਰ ਵੇਦਾ ਕੀਤੇ ਗਏ ਹਨ ਆਪ ਜੀ ਅੰਗੀਕਾਰ ਕ੍ਰੋਧ ਮੁੰਡੇ ਜਾਂ ਸਿੰਘ ਦੇ ਲੋਕ ਪਰਲੋਕ ਵਿੱਚ ਪੜਦੇ ਗੱਜਣ ਮਹਾਰਾਜ ਜੀ ਹੋ ਜੋ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਹੋਵੇ ਹੋ ਕੇ ਜਾਵੇ ਆਪ ਜੀ ਆਪਣੇ ਮਿੱਤਰ ਹੁਕਮ ਨਾਮੇ ਬਾਕੇ ਨਿਹਾਲੋ ਨਿਹਾਲ ਕਰੋ ਸਹੀ ਪਿਆਰੇ ਮਹਿਲ ਜਿੰਨਾ ਮਿਲੇ ਆਪ ਜੀ ਦਾ ਨਾਮ ਜੀ ਤੇ ਆਵੇ ਨਾਨਕ ਰਾਮ ਪ੍ਰਤੀਕ ਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਸਭ ਸਿੱਖਣ ਕੋ
ਬਚੇ ਸਰ ਜੋ ਹੋਏ ਦੋਰਾ ਵਾਹਿਗੁਰੂ ਰਾਮ ਜਹਾਜ ਹੈ ਜੋ ਸਰਦਾ ਕਰ ਸੇਮ ਦੇ ਗੁਰ ਭਾਰੀ ਉਠਾਰਨ ਹਾਰ ਦੋਰਾ ਉੱਠ ਗਈ ਸਵਾ ਮਹੇਸ਼ ਕੀ ਕਾਰ ਕੂੜਾ ਪਾਸਾਰ ਡੰਕਾ ਵਾਜੇ ਫਤੇ ਕਾ ਏ ਕਲੰਕ ਅਵਤਾਰ ਖੰਡਾ ਜਾ ਕੇ ਹੱਥ ਮੈਂ ਕਰ ਗਈ ਸੋ ਹੈ ਉਸੀ ਸੋ ਗੁਰ ਕਾਲਗੀ ਧਰ ਜਗਦੀਸ਼ ਧੋਰਾ ਠੀਕੁਰ ਹੋਰ ਦਰੀਸ ਸਿਰ ਪ੍ਰਭ ਪੁਰ ਕੀਆ ਪਿਆਰ ਤੇਗ ਬਹਾਦਰ ਸੀ ਕਿਰਿਆ ਕਰੀ ਨ ਗਿਨ ਹੁਆਰ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ਹੈ ਹੈ ਸਭ ਜਗ ਭਯੋ ਜੈ 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 ਸੁਰ ਲੋਕ ਤੂ ਕਾ ਰਾਮ ਹੀ ਲਗੇ ਜਲ ਗੁਦਸਤ ਹਲਾਲਸਤ ਬੁਰਦਨਵਾ ਸ਼ਮਸ਼ੀਰ ਦਸਤ ਖਗ ਗੰਡ ਵੇਡੰਗ ਖਲਦਲ ਖੰਡੰਗ ਅਦਰਣ ਮੰਡੰਗ ਪਰ ਬੰਡੰਗ ਖੰਡ ਦਾਂਡੇ ਖੰਡੰਗ ਦੇਰ ਬੰਡੰਗ ਜੋਤ ਮੰਡੰਗ ਪਹਾੜ ਪ੍ਰਭੰਗ ਸੁਖ ਸੰਤਾ ਕਾਰਨੰਗ ਦੁਰਮਤ ਧਾਰਨੰਗ ਕਿਲ ਵਿਗਹਾਰਨੰਗ ਅਸ ਸਾਰਨੰਗ ਜੈ 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 ਜਕਾਰ ਸ੍ਰਿਸ਼ਟੀ ਭਾਰਣ ਪ੍ਰਤੀ ਭਾਰਣ ਜੈ ਦੇ ਗੰਗ ਸੰਭਨ ਸੰਭਵ ਉਠਾਇਆ ਜਾਂਦੇ ਖਾਨ ਇੰਦਰ ਸਾਧ ਬੁਲਾਇਆ ਰਾਜੇ ਭੇਕ ਦਹਿ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ ਕਾਲਾ ਲੋਕਾ ਜਾਇਆ ਜਗ ਜਗ ਮਾਤ ਦਹਾ ਦੁਰਗਾ ਭਾਟ ਬਣਾਇਆ ਸਭੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੂਰਾ ਸੋ ਪਹਿਚਾਨੀ ਹੈ
ਜੋਲਰਾ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਵਹੁ ਨਾ ਛਾਡੈ ਖੇਤ ਜਾਉ ਤਾਉ ਪ੍ਰੇਮ ਖੇਲਣ ਕਾ ਜਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਧਰਨ ਗਗਨ ਨਵ ਖੰਡ ਮੈਂ ਹੈ ਜੋਤ ਸਵਰੂਪੀ ਰਹਿਓ ਪਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਰ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨੌਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਪਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਪਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਕਿਰੈ ਵਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਯਾਬਤ ਨੇਰੈ ਕਰ ਕੀ ਨਾਰ ਬਹੁਤ ਹਿਤ ਜਾਸਿਆ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾ
ਜਾਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪਈਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਸੋ ਭਾਈ ਜਿਹੜੀ ਅਗਲੀ ਮੱਸਿਆ ਉਹ 2 ਜੁਲਾਈ ਦੀ ਹੈ ਸਾਰੀ ਸੰਗਤ ਨੇ ਭਾਈ ਵਾਹ ਚੱਕ ਕੇ ਹਾਜ਼ਰੀ ਲਵਾਉਣੀਆਂ ਹਨ ਸੋ ਭਾਈ ਹੁਣ ਮਹਾਰਾਜ ਸੁਖਾਸਨ ਹੋਣਗੇ ਸੋ ਮਹਾਰਾਜ ਸਤਖੰਡ ਵੱਲ ਜਾਣਗੇ ਫਿਰ ਸੰਗਤ ਨੇ ਚਾਲੇ ਪਾਉਣੇ ਹਨ ਸੋ ਭਾਈ ਹੁਣ ਜਾਪ ਹੋਏਗਾ ਉੱਠਣ ਦੀ ਕਾਹਲੀ ਨਹੀਂ ਕਰਨੀ ਸੁਣ ਸੁਖਾਸਨ ਸੇਵਾ ਹੋ ਰਹੀ ਹੈ ਸਾਰੀ ਸੰਗਤ ਨੇ ਭਾਈ ਜਾਪ ਦੇ ਵਿੱਚ ਬੋਲਣਾ ਆਈਆਂ ਸੰਗਤਾਂ ਦੁਬਾਰਾ ਫਿਰ ਕੁਟਾਨ ਕੁਟ ਧੰਨਵਾਦ ਸਾਰੇ ਭਾਈ ਸੰਗਤ ਜਾਪ ਦੇ ਵਿੱਚ ਬੋਲੋ ਸਤਨਾਮ।